ਕਿਵੇਂ ਦਾ ਲੱਗ ਰਿਹਾ ਇਸ ਫਿਲਮ ਦੇ ਚੁੜੇਲ ਦਾ ਕਿਰਦਾਰ ਕਰਕੇ? ਮੈਨੂੰ ਤਾਂ ਬਹੁਤ ਨਾਰਮਲ ਫੀਲ ਹੋਇਆ, ਸਾਡੇ ਲਈ ਇੰਨਾ ਜ਼ਿਆਦਾ ਔਖਾ ਸੀਗਾ, ਇਹ ਚੜੇਲ ਬਣ ਕੇ ਆਉਂਦੀ ਸਾਡਾ ਹਾਸਾ ਨਿਕਲ ਜਾਂਦਾ ਜ਼ੋਰ ਜ਼ਾਰ ਨਾਲ ਆਉਂਦੀ। ਸਾਨੂੰ ਪੁੱਛਣਾ ਚਾਹੀਦਾ ਸਾਰਿਆਂ ਨੂੰ ਵੀ ਤੁਹਾਨੂੰ ਕਿੰਨਾ ਔਖਾ ਹੋਇਆ ਸਾਨੂੰ, ਮਤਲਬ ਅਸੀਂ ਜਿਵੇਂ ਕੀਤੀ ਹੈ ਨਾ ਫਿਲਮ ਇਹ। ਜਰਨਲ ਟ੍ਰੇਲਰ ਆਇਆ ਨਾ ਮੇਰੇ ਨਾਲ ਮੁੰਡਾ ਬੈਠਾ ਹੋਇਆ ਸੀਗਾ, ਉਹ ਐਵੇਂ ਮੱਥੇ 'ਤੇ ਹੱਥ ਰੱਖ ਕਰਦੇ, ਹਾਏ ਰੱਬਾ ਇੰਡਸਟਰੀ 'ਚ ਕੀ ਹੋ ਰਿਹਾ, ਇੰਨੀ ਸੋਹਣੀ ਸੋਹਣੀ ਕੁੜੀਆਂ ਚੜੇਲਾਂ ਬਣਾ ਰਹੇ ਨੇ। ਮੈਂ ਲੋਕਾਂ ਦੇ ਹੋਰ ਕਰੀਬ ਪਹੁੰਚ ਗਈ ਹਾਂ, ਕਿਉਂਕਿ ਮੈਂ ਕਦੇ ਵੀ ਤੁਹਾਡੇ ਘਰਾਂ 'ਚ ਹੋ ਸਕਦੀ ਹਾਂ, ਤੁਹਾਨੂੰ ਪਤਾ ਨਹੀਂ ਲੱਗੂ ਕਿਹੋ ਜਿਹੀ ਅਜੀਬ ਗੱਲ ਕੀਤੀ ਆ ਮੈਂ। ਮੇਰੇ ਡੈਡੀ ਰੋਜ਼ ਕਹਿ ਦਿੰਦੇ, ਗਿੱਪੀ ਨੂੰ ਦੱਸਿਆ ਆਪਣਾ ਪਿੰਡ ਨੇੜੇ ਨੇੜੇ ਹੀ। ਜੇ ਗਿੱਪੀ ਨੂੰ ਸਰਗੁਣ ਤੋਂ ਗਾਣਾ ਸੁਣਨਾ ਹੋਵੇ ਤਾਂ ਉਹ ਕਿਹੜਾ ਗਾਣਾ ਹੋਏਗਾ? ਮੈਂ ਜਿਹੜਾ ਸਰਗੁਣ ਤੋਂ ਗਾਣਾ ਸੁਣਨਾ ਹੈ ਉਹ ਹੈਗਾ ਸਾਇਲੈਂਟ ਗਾਣਾ। ਸਭ ਤੋਂ ਬੈਸਟ ਰਿਊਮਰ ਜਿਹੜਾ ਤੁਸੀਂ ਆਪਣੇ ਬਾਰੇ ਸੁਣਿਆ ਹੋਵੇ ਅੱਜ ਤੱਕ? ਉਹ ਮੇਰਾ ਹਜੇ ਹਜੇ ਉੱਡਿਆ ਹੈ ਕਿ ਮੈਂ ਤੇ ਰਵੀ ਗੋਵਿੰਦਾ ਜੀ ਦੇ ਬੇਟਾ ਬੇਟੀ। ਕਿਸੇ ਨੇ ਸਾਡੀ ਫੋਟੋ ਪਾ ਕੇ ਲਿਖਿਆ ਗੋਵਿੰਦਾ ਜੀ ਤੇ ਬੇਟਾ ਤੇ ਕੁੜੀ ਦੇਖਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਵੀ ਕੁੜੀਆਂ ਵੀ ਪੂਰੀ ਸ਼ਰਾਰਤੀ ਨੇ ਤੇ ਮੁੰਡਾ ਵੀ ਹੈ ਜੀ ਨਟ ਕਟ। ਪਲੀਜ਼ ਵੈਲਕਮ ਦਾ ਬਿਊਟੀਫੁਲ ਚੁੜੇਲਸ, ਸਰਗੁਣ ਮਹਿਤਾ ਐਂਡ ਰੂਪੀ ਗਿੱਲ ਐਂਡ ਦਾ ਹੈਂਡਸਮ ਜੱਟ ਗਿੱਪੀ ਗਰੇਵਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਪਹਿਲਾਂ ਇਹ ਦੱਸ ਕਿੰਨਾ ਟਾਈਮ ਲਾਇਆ ਨੂੰ ਯਾਦ ਕਰਨਾ? ਨਹੀਂ ਨਹੀਂ ਭਾਈ, ਮੈਂ ਲਿਖ ਲੁਖ ਲੈਣਾ ਤੇ ਪਰ ਉਹ ਫਲੋ ਸਹੀ ਹੈ ਮੇਰਾ। ਇਹਨਾਂ ਨੇ ਇੱਕ ਦਿਨ ਮੇਰੇ ਲਈ ਇਹਨਾਂ ਨੇ ਸ਼ਾਇਰੀ ਲਿਖੀ ਸੀ ਜਿਹੜੀ ਬੜੀ ਚੱਲੀ, ਬੜੀ ਵਾਇਰਲ ਹੋਈ ਸੀ। ਦੁਬਾਰਾ ਸੁਣਾਓ ਮਹਾਰਾਜ। ਮੈਂ ਕਹਿੰਦੇ ਕਿ ਮੇਰੇ 'ਚ ਕੋਈ ਐਸਾ ਗੁਣ ਤੇ ਨਹੀਂ ਜੋ ਮੇਰੇ ਕੋਲ ਮੇਰੀ ਸਰਗੁਣ ਤੇ ਨਹੀਂ, ਇਜਾਜ਼ਤ ਹੁੰਦੀ ਤਾਂ ਕਰ ਲੈਂਦਾ ਇਜ਼ਹਾਰ ਪਹਿਲਾਂ, ਪਰ ਇਹ ਗੱਲ ਤਾਂ ਫਾਇਦਾ ਕੋਈ ਹੁਣ ਤੇ ਨਹੀਂ। ਕੋਈ ਆਇਆ ਇਹਦੀ ਜ਼ਿੰਦਗੀ 'ਚ ਇਨਸਾਨ ਐਸਾ ਜਿਹਨੂੰ ਕਰਦੀ ਮੁਹੱਬਤ ਏ ਬੇਸ਼ੁਮਾਰ ਏ, ਕੰਮ ਕਰਦੇ ਦੋਵੇਂ ਵੱਖ ਹੋ ਕੇ, ਇਹ ਦੂਰੀਆਂ 'ਚ ਵੀ ਕਿੰਨਾ ਪਿਆਰ ਏ। ਮੈਨੂੰ ਪਤਾ ਸੀ ਆਪਾਂ ਮਿਲਾਂਗੇ ਜ਼ਰੂਰ, ਸੁਣਾਊਂਗਾ ਸ਼ਾਇਰੀ ਤੇ ਕਹੂੰਗਾ ਤੂੰ ਸੁਣ ਤੇ ਸਹੀ, ਪਰ ਕੋਈ ਮੇਰੇ 'ਚ ਐਸਾ ਗੁਣ ਤੇ ਨਹੀਂ ਜੋ ਮੇਰੇ ਕੋਲ ਮੇਰੀ ਸਰਗੁਣ ਤੇ ਨਹੀਂ। ਜਾਨੀ ਜਾਨੀ ਵੀਰ। ਸੋ ਗਾਈਜ਼, ਤੁਸੀਂ ਦੱਸੋ ਕਿਵੇਂ ਹੋ? ਬਹੁਤ ਐਕਸਾਈਟਡ ਹਾਂ ਜੀ ਤੇ ਫਿਲਮ ਨੂੰ ਲੈ ਕੇ, ਔਰ ਉਮੀਦ ਆ ਸਾਰਿਆਂ ਨੂੰ ਵਧੀਆ ਲੱਗੂ। ਜਿੱਦਾਂ ਦਾ ਟ੍ਰੇਲਰ ਆਇਆ ਹੋਇਆ ਵਾ ਉਹਦਾ ਰਿਸਪੌਂਸ ਦੇਖ ਕੇ ਹੋਰ ਐਕਸਾਈਟਡ ਹਾਂ। ਮੈਨੂੰ ਪਤਾ ਲੱਗਦਾ ਕਿ ਗਿੱਪੀ ਭਾਈ ਦੀ ਫਿਲਮ ਨਾ ਮਤਲਬ ਕਿ ਬਾਕੀ ਕੁਛ ਹਟ ਕੇ ਹੁੰਦੀ ਹੈ ਅਤੇ ਲੋਕਾਂ ਨੂੰ ਉਹ ਚਾਮ, ਉਹ ਐਕਸਾਈਟਮੈਂਟ, ਉਹ ਬਰਕਰਾਰ ਰਹਿੰਦੀ ਆ ਕਿ ਹਾਂ, ਕਿਉਂਕਿ ਨਾ ਕੋਨਸੈਪਟ ਦੇ ਨਾਲ ਨਾਲ ਭਾਈ ਦਾ ਜਿਹੜਾ ਫਲੋ ਆ ਯੂ ਨੋ ਕੋਮੇਡੀ 'ਚ ਸਪੈਸ਼ਲੀ, ਉਹ ਲੋਕਾਂ ਨੂੰ ਵਾਕਈ ਬੜਾ ਅਟਰੈਕਟ ਕਰਦਾ, ਖਿੱਚਦਾ ਆਪਣੇ ਵੱਲ ਕਿ ਅਸੀਂ ਦੇਖੀਏ। ਥੈਂਕ ਯੂ ਜੀ, ਸਾਨੂੰ ਵੀ ਇਹੀ ਉਮੀਦ ਆ ਵੀ ਇਹੀ ਹੋਵੇ। ਗ੍ਰੇਟ। ਐਂਡ ਚੁੜੇਲ ਜੀ, ਕਿਵੇਂ ਦਾ ਲੱਗ ਰਿਹਾ ਇਸ ਫਿਲਮ ਦੇ ਚੁੜੇਲ ਦਾ ਕਿਰਦਾਰ ਕਰਕੇ? ਨਾਰਮਲ ਫੀਲ ਹੋ ਰਿਹਾ, ਬਿਲਕੁਲ ਐ ਲੱਗ ਰਿਹਾ ਜਿਵੇਂ ਨਵੇਂ ਘਰ ਚ ਦੇ ਨਾਲ। ਹਾਂ, ਇਹ ਸਵਾਲ ਮੇਰੇ ਖਿਆਲ ਤੋਂ ਨਾ ਉਦੋਂ ਸ਼ਾਇਦ ਐਕਸਟਰਾ ਹੋਰ ਐਕਸਾਈਟਮੈਂਟ ਦੇ ਨਾਲ ਹੁੰਦਾ ਜਦੋਂ ਯੂ ਨੋ ਲਾਸਟ ਡੇ ਹੁੰਦਾ ਤੇ ਕੰਪਲੀਟ ਕਰਕੇ ਬਾਹਰ ਆਉਂਦੇ ਹੁੰਦੇ, ਜਦੋਂ ਕਹਿੰਦਾ ਚੁੜੇਲ ਦਾ ਸੀਨ ਹੁਣ ਖਤਮ ਹੋਣ ਲੱਗਿਆ ਆ, ਉਸ ਤੋਂ ਬਾਅਦ ਸ਼ਾਇਦ ਪੁੱਛਦੇ ਕਿ ਹੁਣ ਦੱਸੋ ਕਿਵੇਂ ਲੱਗ ਰਿਹਾ ਚੁੜੇਲ ਦੇ ਕਰੈਕਟਰ ਜੋ ਬਾਹਰ ਆ ਗਏ। ਮੈਨੂੰ ਤਾਂ ਬਹੁਤ ਨਾਰਮਲ ਫੀਲ ਹੋਇਆ ਐਕਚੁਅਲੀ ਨਾ ਆ ਚੁੜੇਲ। ਮੈਨੂੰ ਨਾ ਜ਼ਿੰਦਗੀ ਭਰ ਮੇਰੀ ਆਹੀ ਪ੍ਰੋਬਲਮ ਰਹੀ ਹੈ ਕਿ ਮੇਰੇ ਤੋਂ ਕੋਈ ਡਰਦਾ ਨਹੀਂ। ਮੈਂ ਹਰ ਵਾਰੀ ਨਾ ਸਾਰਿਆਂ ਨੂੰ ਆਹੀ ਕਹਿੰਦੀ ਰਹਿੰਦੀ ਹਾਂ, ਸ਼ਮਨ ਹੋਰੀ ਮੇਰੀ ਟੀਮ 'ਚ, ਮੈਂ ਕਿਹਾ ਮੇਰੇ ਤੋਂ ਕੋਈ ਡਰਦਾ ਕਿ ਨਹੀਂ, ਮੈਂ ਇੰਨਾ ਡਰਾਉਂਦੀ ਹਾਂ ਆਪਣੇ ਵੱਲੋਂ ਨਾ, ਮੈਂ ਬਹੁਤ ਡਰਾਉਂਦੀ ਹਾਂ, ਬਟ ਮੇਰੇ ਤੋਂ ਕੋਈ ਡਰ ਨਹੀਂ ਰਿਹਾ ਹੈ ਨਾ। ਸਾਡੇ ਲਈ ਇੰਨਾ ਔਖਾ ਸੀ ਭਾਜੀ, ਸਾਡੇ ਲਈ ਇੰਨਾ ਜ਼ਿਆਦਾ ਔਖਾ ਸੀਗਾ, ਇਹ ਚੜੇਲ ਬਣ ਕੇ ਆਉਂਦੀ ਸਾਡਾ ਹਾਸਾ ਨਿਕਲ ਜਾਂਦਾ ਜ਼ੋਰ ਜ਼ਾਰ ਨਾਲ ਆਉਂਦੀ। ਸਾਨੂੰ ਪਤਾ ਨਾ, ਤੁਸੀਂ ਸਾਨੂੰ ਪੁੱਛਣਾ ਚਾਹੀਦਾ ਹੈ ਸਾਰਿਆਂ ਨੂੰ ਵੀ ਤੁਹਾਨੂੰ ਕਿੰਨਾ ਔਖਾ ਹੋਇਆ ਸਾਨੂੰ, ਮਤਲਬ ਅਸੀਂ ਜਿਵੇਂ ਕੀਤੀ ਹੈ ਨਾ ਫਿਲਮ ਇਹ, ਇਹਦੇ ਲਈ ਤਾਂ ਬਹੁਤ ਈਜ਼ੀ ਸੀਗਾ, ਆਉਂਦੀ ਸੀਗੀ ਆਪਦਾ ਰੈਗੂਲਰ। ਜਰਨਲ ਟ੍ਰੇਲਰ ਆਇਆ ਨਾ ਮੇਰੇ ਨਾਲ ਮੁੰਡਾ ਬੈਠਾ ਹੋਇਆ ਸੀਗਾ, ਉਹ ਐਵੇਂ ਮੱਥੇ 'ਤੇ ਹੱਥ ਰੱਖ ਕਰਦੇ, ਹਾਏ ਰੱਬਾ ਇੰਡਸਟਰੀ 'ਚ ਕੀ ਹੋ ਰਿਹਾ, ਇੰਨੀ ਸੋਹਣੀ ਸੋਹਣੀ ਕੁੜੀਆਂ ਚੁੜੇਲਾਂ ਬਣਾ ਰਹੇ ਨੇ।
ਉਹ ਸ਼ਾਇਦ ਉਹ ਕਹਿੰਦਾ ਕਿ ਸਰਗੁਣ ਮੈਂ ਤਾਂ ਮੇਰੀ ਬੜੀ ਫੇਵਰੇਟ ਆ, ਤੇ ਕਹਿੰਦੇ ਹਾਏ ਰੱਬਾ ਇਹ ਕੀ ਹੈ ਚੁੜੇਲ ਦਾ ਕਿਰਦਾਰ ਇਹਨੇ ਕਰਤਾ। ਪਰ ਇੱਕ ਹੁੰਦਾ ਨਾ ਕਿ ਜਦੋਂ ਨਹੀਂ, ਪਰ ਉਹਨੂੰ ਲੱਗਣਾ ਚਾਹੀਦਾ ਕਿ ਕਿਉਂਕਿ ਮੈਂ ਚੁੜੇਲ ਬਣ ਗਿਆ ਹੁਣ ਮੈਂ ਉਹਦੇ ਹੋਰ ਕਰੀਬ ਹਾਂ, ਮੈਂ ਲੋਕਾਂ ਦੇ ਹੋਰ ਕਰੀਬ ਪਹੁੰਚ ਗਿਆ, ਕਿਉਂਕਿ ਮੈਂ ਕਦੇ ਵੀ ਤੁਹਾਡੇ ਘਰਾਂ 'ਚ ਹੋ ਸਕਦੀ ਹਾਂ, ਤੁਹਾਨੂੰ ਪਤਾ ਨਹੀਂ ਲੱਗੂਗਾ। ਫਿਰੋਜ਼ ਸਾਹਿਬ, ਮੈਂ ਤੁਹਾਡੇ ਸਾਰਿਆਂ ਦੇ ਘਰਾਂ 'ਚ ਹਾਂ। ਕਿਹੋ ਜਿਹੀ ਅਜੀਬ ਗੱਲ ਕੀਤੀ ਆ ਮੈਂ! ਵਾਹ, ਇਸ ਗੱਲ ਤੇ ਤਾੜੀ ਬਣਦੀ ਆ। ਇਹ ਇਹੋ ਜਿਹਾ ਜਵਾਬ ਸੀ ਜਦੋਂ ਸਰਗੁਣ ਦੇ ਰਹੀ ਸੀ ਜਵਾਬ, ਫਿਰ ਇਹਨੂੰ ਵਿੱਚ ਹੀ ਪਤਾ ਲੱਗ ਗਿਆ, ਅੱਧੇ ਵਿਚਾਲੇ ਇਹਨੂੰ ਪਤਾ ਲੱਗ ਗਿਆ ਮੈਂ ਕਰਾਹੇ ਪੈ ਗਈ ਹਾਂ, ਵੀ ਮੈਂ ਗਲਤ ਰਾਹ ਤੇ ਹੋ ਗਈ ਹਾਂ, ਵੀ ਮੈਂ ਹੁਣ ਕਿੱਥੋਂ ਮੁੜਾ, ਹਨਾ। ਇਹਦੂ ਬਾਅਦ ਜਦੋਂ ਬਿਲਕੁਲ ਹੀ ਨਹੀਂ ਸੰਭਲੀ ਗੱਲ, ਨਾਲ ਲੱਗਦੀ ਇਹਨੇ ਆਪ ਹੀ ਫਿਰ ਕਹਿਤਾ ਵੀ ਮੈਂ ਕੀ ਕਰਾਂ। ਉਹੀ ਗੱਲ ਆ ਗਈ ਨਾ ਭਾਈ, ਜਿਹੜਾ ਸਟਾਰਟਿੰਗ ਦੀ ਮੇਰੇ ਤੇ ਭਾਰ ਪੈ ਗਿਆ ਸੀ, ਭਾਰ ਪੈ ਗਿਆ ਇਹਨਾਂ ਦਾ ਹੀ, ਭਾਰ ਪੈ ਗਿਆ ਇਹ ਚੜੇਲਾਂ ਕਰਕੇ ਹੀ ਭਾਰ ਪੈ ਰਿਹਾ, ਭਾਰ ਇੰਨਾ ਜ਼ਿਆਦਾ ਪੈ ਰਿਹਾ ਜਦੋਂ ਇਹ ਸ਼ੂਟ ਕਰ ਰਹੀ ਉਦੋਂ ਵੀ ਦੋ ਚੌਂ ਤੇ ਪਿਆ ਸੀ। ਚਲੋ ਐਂਡ ਰੂਪੀ ਜੀ, ਕਿੱਦਾਂ ਲੱਗ ਰਿਹਾ ਕਿ ਯੂ ਨੋ ਦੋ ਜਨਾਨੀਆਂ ਜਦੋਂ ਇੱਕ ਬੰਦੇ ਤੇ ਇੰਨਾ ਮਾੜਾ ਹਮਲਾ ਕੀਤਾ ਆ, ਵਿਚਾਰਾ ਪੀਸ ਕੇ ਰੱਖਤਾ ਸਾਡਾ ਭਰਾ। ਨਹੀਂ ਨਹੀਂ, ਇਦਾਂ ਤਾਂ ਨਹੀਂ ਕਿਸੇ ਕੀਤਾ ਹੈਗਾ, ਮੈਨੂੰ ਤਾਂ ਇੱਕ ਚੜੇਲ ਨੇ ਇੰਨਾ ਕੁਝ ਕੀਤਾ ਹੋਇਆ, ਸਾਨੂੰ ਵੀ ਐਕਚੁਅਲੀ ਕੀਤਾ ਹੋਇਆ ਕਿ ਚੜੇਲ ਨੇ ਇੰਨਾ ਕੁਝ, ਬਟ ਬਹੁਤ ਵਧੀਆ ਲੱਗ ਰਿਹਾ ਜੀ। 15 ਮਾਰਚ ਨੂੰ ਸਾਡੀ ਫਿਲਮ ਆ ਰਹੀ ਆ, ਬਹੁਤ ਫਨ ਫਿਲਮ ਹੈ। ਗਿੱਪੀ ਦੇ ਨਾਲ ਤਾਂ ਇਹ ਫਸਟ ਟਾਈਮ ਕੰਮ ਕੀਤਾ ਹੈ, ਹੈਨਾ? ਸਰਗੁਣ ਵੀ ਫਸਟ ਟਾਈਮ, ਹਾਂ ਸਰਗੁਣ ਨਾਲ ਹੀ ਫਸਟ ਟਾਈਮ ਕੰਮ ਕੀਤਾ ਹੈ, ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਵੀ ਇੰਡਸਟਰੀ ਦੇ ਵੱਡੇ ਆਰਟਿਸਟ ਨਾਲ ਯੂ ਨੋ ਕੰਮ ਕਰਦੇ ਹੋ ਨਾ, ਡੈਫੀਨਿਟਲੀ ਤੁਹਾਡੇ ਕਰੀਅਰ 'ਚ ਨਾ ਅੱਗੇ ਬਹੁਤ ਸਾਰੀ ਚੀਜ਼ਾਂ ਐਡ ਆਨ ਹੋਏ ਨੇ, ਕਿਉਂਕਿ ਤੁਸੀਂ ਬਹੁਤ ਕੁਝ ਸਿੱਖਦੇ ਹੋ ਐਂਡ ਇਹ ਐਕਸਪੀਰੀਅੰਸ ਲੋਕ ਨੇ ਸਾਡੀ ਇੰਡਸਟਰੀ ਦੇ, ਹੈਨਾ? ਤੇ ਤੁਸੀਂ ਕਿਹੜੀ ਚੀਜ਼ ਯੂ ਨੋ ਔਨ ਸੈਟ ਜਾਂ ਔਨ ਦਾ ਯੂ ਨੋ ਜਦੋਂ ਸ਼ੂਟ ਕਰ ਰਹੇ ਸੀ, ਕਿਹੜੀ ਚੀਜ਼ ਤੁਹਾਡੇ ਵਾਸਤੇ ਬੈਸਟ ਰਹੀ ਜਿਹੜੀ ਥਰੂ ਆਊਟ ਦਾ ਕਰੀਅਰ ਤੁਹਾਡੀ ਲਾਈਫ 'ਚ ਐਡ ਰਹੂਗੀ ਹਮੇਸ਼ਾ? ਪੰਕਚੁਐਲਿਟੀ, ਮਤਲਬ ਟਾਈਮ ਤੇ ਆਉਣਾ, ਮਤਲਬ ਇੰਨੇ ਸਾਲ ਹੋ ਗਏ ਇਹਨਾਂ ਨੂੰ, ਫਿਰ ਵੀ ਆਏ, ਮੈਂ ਕਦੇ ਵੀ ਇਹਨਾਂ ਨੂੰ ਇੱਕ ਮਿੰਟ ਵੀ ਲੇਟ ਨਹੀਂ ਆਉਂਦੇ ਦੇਖਿਆ, ਸਮਟਾਈਮਸ ਲਾਈਕ ਕਦੇ ਵੀ ਨਹੀਂ ਦੇਖਿਆ ਐਕਚੁਅਲੀ ਦੋਨਾਂ ਨੂੰ ਹੀ। ਐਂਡ ਮਤਲਬ ਮਿਹਨਤ ਕਰਨੀ ਐਂਡ ਜਸਟ ਬੇਸਿਕ ਚੀਜ਼ਾਂ, ਪਰ ਜੋ ਕਿ ਆਪ ਐਕਚੁਅਲੀ ਨਹੀਂ ਹੁੰਦੀਆਂ ਹੈਗੀਆਂ, ਅਤੇ ਇਹਨਾਂ ਦੇ ਵਿੱਚ ਸਾਰੀਆਂ ਆਫਕੋਰਸ ਹੈਗੀਆਂ ਨੇ, ਸੋ ਮੈਂ ਬਹੁਤ ਕੁਝ ਸਿੱਖਿਆ। ਗ੍ਰੇਟ ਐਂਡ ਔਨ ਦਾ ਸਪੋਟ ਐਕਟਿੰਗ ਕਰਨੀ, ਪਤਾ ਨਹੀਂ ਕਿੱਦਾਂ ਇੰਨੇ ਲੰਬੇ ਲੰਬੇ ਡਾਇਲੋਗ ਯਾਦ ਕਰ ਲੈਂਦੇ, ਬਟ ਇੰਨੀ ਡਾਇਲੋਗ ਲੰਬੇ ਲੰਬੇ ਯਾਦ ਕਰਕੇ ਪਤਾ ਨਹੀਂ ਕਿੱਦਾਂ ਕਰ ਲੈਂਦੇ ਆ ਦੋਨੇ ਜਾਣੇ। ਐਂਡ ਸਰਗੁਣ ਜੀ, ਵੇ ਹਾਣੀਆਂ ਯੂ ਨੋ ਇਸ ਟਾਈਮ ਜਿਹੜਾ ਫੇਸ ਚੱਲ ਰਿਹਾ, ਜਿਹੜਾ ਮੈਂ ਓਬਜ਼ਰਵ ਕਰ ਪਾ ਰਿਹਾ ਸਰਗੁਣ ਦੀ ਜ਼ਿੰਦਗੀ 'ਚ, ਕਿ ਬੜਾ ਹੀ ਅੱਛਾ ਫੇਸ ਚੱਲ ਰਿਹਾ, ਲਾਈਕ ਪਹਿਲਾਂ ਵੀ ਅੱਛਾ ਹੀ ਸੀਗਾ, ਬਟ ਯੂ ਨੋ ਜਦੋਂ ਤੁਸੀਂ ਐਜ਼ ਅ ਪ੍ਰੋਡਿਊਸਰ ਆਉਂਦੇ ਹੋ, ਜਦੋਂ ਪਤਾ ਲੱਗਦਾ ਕਿ ਹੁਣ ਸਾਰੀ ਕਮਾਈ ਆਪ ਦੀ ਲੱਗੀ ਹੈ, ਸਾਰਾ ਪੈਸਾ ਆਪਣੇ ਕੋਲ ਹੀ ਆਉਣਾ ਹੈ, ਅਤੇ ਉਹ ਵੀ ਉਸ ਟਾਈਮ ਪਤਾ ਲੱਗੇ ਜਦੋਂ ਸਾਡੀ ਕੋਈ ਨਾ ਕੋਈ ਚੀਜ਼ ਨਾਲ ਨਾਲ ਸੋਸ਼ਲ ਮੀਡੀਆ 'ਤੇ ਜਾਂ ਸਾਰੇ ਯੂ ਨੋ ਆਲ ਓਵਰ ਦਾ ਵਰਲਡ ਜਦੋਂ ਹਿੱਟ ਵੀ ਚੱਲ ਰਹੀ ਹੁੰਦੀ ਆ, ਇਹ ਟਾਈਮ ਕਿਵੇਂ ਦਾ ਲਾਈਫ ਚੱਲ ਰਿਹਾ ਵੀ ਕਿ ਜਦੋਂ ਇੰਨੀ ਯੂ ਨੋ ਹੋਰ ਜ਼ਿਆਦਾ ਇੱਕ ਹਾਈਪਨੈਸ, ਹੋਰ ਜ਼ਿਆਦਾ ਐਕਸਟਰਾ ਲੈਵਲ 'ਤੇ ਜਿਹੜੀ ਕਿ ਹਾਂ ਹਰ ਕੋਈ ਆਰਟਿਸਟ ਡਿਜ਼ਰਵ ਕਰਦਾ, ਉਹ ਵੀ ਆ ਰਹੀ ਹੈ ਨਾਲ ਨਾਲ, ਇਹ ਪ੍ਰੋਜੈਕਟ ਵੀ ਆ ਰਿਹਾ ਬੀਇੰਗ ਅ ਪ੍ਰੋਡਿਊਸਰ। ਪਤਾ ਕਮਾਲ ਦੀ ਗੱਲ, ਮੈਂ ਆ ਰਿਅਲਾਈਜ਼ ਕੀਤਾ ਕਿ ਜਦੋਂ ਤੁਸੀਂ ਬਿਲਕੁਲ ਟੈਨਸ਼ਨ ਛੱਡ ਦਿੰਦੇ ਹੋ ਨਾ ਕਿਸੇ ਚੀਜ਼ ਦੀ, ਤਾਂ ਆਪਣੇ ਆਪ ਕੋਈ ਵੱਡਾ ਰੂਪ ਲੈ ਲੈਂਦੀ। ਮੈਂ ਵਿਹਾਣੀਆਂ ਦੀ ਜਮਾ ਹੀ ਟੈਨਸ਼ਨ ਨਹੀਂ ਲਈ, ਮੈਂ ਤੁਹਾਨੂੰ ਬਸ ਛੱਡ ਤਾ। ਮੈਂ ਕਿਹਾ ਉਹ ਸਾਡਾ ਗਾਣਾ ਆ ਕਿਹੜਾ ਚੱਲ, ਮਤਲਬ ਹੁੰਦਾ ਨਾ ਕਿ ਇਹ ਤੇ ਮੈਨੂੰ ਲੱਗਿਆ ਕਿ ਯਾਰ ਆਹ ਕੀ ਬਹੁਤ ਵੱਡੀ ਚੀਜ਼ ਕੀ ਹੋ ਜੂਗੀ ਸਾਨੂੰ, ਮਤਲਬ ਅਸੀਂ ਕਿਸੇ ਤੋਂ ਪੁੱਛਿਆ ਕਿ ਕਿੰਨਾ ਵੱਡਾ ਹੋਣਾ ਚਾਹੀਦਾ ਸਾਡੇ, ਸਾਡਾ ਚੈਨਲ ਵੀ ਨਵਾਂ, ਸਾਰਾ ਕੁਛ ਨਵਾਂ, ਕਹਿੰਦੇ 500 ਕੀ ਕੇ ਰੀਲਾਂ ਹੋ ਗਈਆਂ, ਮਤਲਬ ਤੁਸੀਂ ਤਰ ਗਏ। ਉਹ ਇਹਦੇ ਸਾਨੂੰ ਜਵਾਬ ਦਿੰਦੇ ਹੈ ਨਾ ਕਿ 5 ਮਿਲੀਅਨ ਉੱਥੇ ਹੋ ਗਿਆ, 500 ਕੇ ਆਏ ਹੋ ਗਿਆ, ਗੁੱਡ ਹੋ ਗਿਆ। ਹੁਣ ਜਦੋਂ ਆਪਾਂ 4-5 ਮਿਲੀਅਨ 6-7 ਮਿਲੀਅਨ ਦੇ, ਮੈਂ ਕਿਹਾ ਯਾਰ ਆਹ ਤਾਂ ਜ਼ਿਆਦਾ ਵਧੀਆ ਹੋ ਗਿਆ। ਹੁਣ ਮੇਰਾ ਚਿੱਤ ਕਰਦਾ ਯਾਰ ਮੈਂ ਭੁੱਲ ਜਾਂ ਕਿ ਜੱਟ ਨੂੰ ਚੜਿਆ, ਮੈਂ ਭੁੱਲ ਜਾਂ ਸਰਗੁਣ ਭੁੱਲ ਜਾਂ, ਤੁਹਾਨੂੰ ਭੁੱਲ ਨਹੀਂ ਹੋ ਰਿਹਾ। ਵਾਹ, ਮੈਨੂੰ ਲੱਗਦਾ ਕਿ ਭੁੱਲ ਕੇ ਵਧੀਆ, ਮਤਲਬ ਫਿਰ ਰੱਬ ਦੇ ਹੱਥੀ ਹੋ ਜਾਂਦਾ ਨਾ, ਹੁਣ ਆਪਾਂ ਆਪਣੇ ਹੱਥੀ ਕਰ ਰਹੇ ਹਾਂ, ਸੋ ਆਪਾਂ ਸਾਰੇ ਭੁੱਲ ਜੀ। ਜਦੋਂ ਤੁਸੀਂ ਸਰਗੁਣ ਨਾਲ ਕੰਮ ਕਰ ਰਹੇ ਸੀਗੇ, ਕਿਹੜੀ ਚੀਜ਼ ਯੂ ਨੋ ਤੁਹਾਨੂੰ ਲੱਗੇ ਕਿ ਬਈ ਜਿਹੜੀ ਪਿਛਲੇ ਟਾਈਮ ਜਿਹੜਾ ਤੁਸੀਂ ਸਰਗੁਣ ਨਾਲ ਕੰਮ ਕੀਤਾ ਚੰਡੀਗੜ੍ਹ, ਅੰਮ੍ਰਿਤਸਰ ਚੰਡੀਗੜ੍ਹ ਕੀਤੀ, ਕਿਹੜੀ ਚੀਜ਼ ਤੁਹਾਨੂੰ ਸੇਮ ਲੱਗੇ ਕਿ ਹਾਂ ਵੀ ਸਰਗੁਣ ਜਿਹੜਾ ਯਾਰ
ਇਹ ਚੀਜ਼ ਤਾਂ ਹੈ ਹੀ ਹੈ ਅਸੀਂ ਨਹੀਂ ਦੇਖੋ ਜਦੋਂ ਬੰਦਾ ਡੇ ਬਾਈ ਡੇ ਗਰੋ ਕਰਦਾ ਨਾ ਥੋੜ੍ਹੀਆਂ ਵਧੀਆ ਚੀਜ਼ਾਂ ਇੰਪਰੂਵ ਹੁੰਦੀਆਂ ਜਾਂਦੀਆਂ ਹੋਰ ਚੀਜ਼ਾਂ ਕਰ ਲੈਂਦਾ ਬਟ ਐਂ ਨਹੀਂ ਹੁੰਦਾ ਹੈਗਾ ਕਿ ਜਿਹੜਾ ਬੰਦਾ ਅੱਜ ਆ ਤੁਸੀਂ 5 ਸਾਲਾਂ ਬਾਅਦ ਉਹਨੂੰ ਢਾ ਕੇ ਨਵਾਂ ਹੀ ਬਣਾ ਦਿਉ ਹਾਂ ਇਹ ਚੀਜ਼ ਬਹੁਤ ਔਖੀ ਆ ਹਰ ਬੰਦਾ ਜਿਹੜੇ ਮਿਹਨਤੀ ਨੇ ਉਹ ਐਫਰਟ ਕਰ ਕਰਕੇ ਕਿਉਂਕਿ ਉਦੋਂ ਸਰਗੁਣ ਐਜ਼ ਆ ਐਕਟਰ ਇਕੱਲਾ ਐਕਟਿੰਗ ਕਰੀਏ ਸੀਗਾ ਉਹ ਕਰਦੇ ਸੀ ਹੈ ਨਾ ਸੋ ਉਦੋਂ ਉਹਦੇ 'ਚ ਵੀ ਬਹੁਤ ਇਹ ਐਫਰਟ ਕਰਦੀ ਸੀ ਮੈਨੂੰ ਯਾਦ ਆ ਹਰ ਚੀਜ਼ ਲਈ ਇਹ ਉਹ ਬਟ ਹੁਣ ਇੰਨਾ ਟਾਈਮ ਹੋ ਗਿਆ ਹੁਣ ਇਹ ਫਿਲਮਾਂ ਪ੍ਰੋਡਿਊਸ ਕਰ ਰਹੇ ਨੇ ਸੀਰੀਅਲ ਵੀ ਪ੍ਰੋਡਿਊਸ ਕਰ ਰਹੇ ਨੇ ਕਾਫੀ ਕੁਛ ਕਰ ਰਹੇ ਨੇ ਮਿਊਜ਼ਿਕ ਦੀ ਆਪਾਂ ਗੱਲ ਕੀਤੀ ਹਰ ਚੀਜ਼ ਨੂੰ ਕਰਨਾ ਸਮਝਣਾ ਔਰ ਇੱਕ ਕੀ ਹੁੰਦਾ ਕਿ ਆਪਾਂ ਡੇ ਬਾਏ ਡੇ ਸਾਰੇ ਦੇ ਸਾਰੇ ਜਿੰਨਾ ਮਚਿਓਰ ਹੋਈ ਜਾਂਦੇ ਆ ਉਨੀ ਤੁਹਾਨੂੰ ਦੁਨੀਆਦਾਰੀ ਦੀ ਸਮਝ ਆਉਂਦੀ ਆ ਤੁਹਾਨੂੰ ਪਤਾ ਲੱਗਦਾ ਤੁਹਾਡੇ 'ਚ ਠਹਿਰਾਵ ਆਉਂਦਾ ਜਿਹੜਾ ਬਹੁਤ ਜ਼ਰੂਰੀ ਆ ਹੈ ਨਾ ਪੇਸ਼ੈਂਸ ਲੈਵਲ ਹੋਣਾ ਚਾਹੀਦਾ ਹਰ ਬੰਦੇ ਨੂੰ ਕਿੱਦਾਂ ਪਿਆਰ ਨਾਲ ਮੈਨੇਜ ਕਰਨਾ ਹਰ ਬੰਦੇ ਨੂੰ ਮਿਲਣਾ ਕਿਉਂਕਿ ਹਰ ਬੰਦੇ ਦਾ ਨਾ ਸੈੱਟ ਦੇ ਉੱਤੇ 250-300 ਬੰਦਾ ਕੰਮ ਕਰ ਰਿਹਾ ਹਰ ਬੰਦੇ ਦਾ ਜਿਹੜਾ ਮਾਇੰਡ ਫਰੇਮ ਆ ਉਹ ਅਲੱਗ ਅਲੱਗ ਚੱਲ ਰਿਹਾ ਹੁੰਦਾ ਕਿਸੇ ਦੇ ਘਰੇ ਕੋਈ ਟਰਬਲ ਆ ਕੋਈ ਉਸ ਚੱਕਰ ਨਾਲ ਖਿਜਿਆ ਹੋਇਆ ਕਿਸੇ ਨੂੰ ਚੋਕਲੇਟ ਚਾਹੀਦੀ ਹੁੰਦੀ ਆ ਉਹ ਰੋਣ ਲੱਗ ਜਾਂਦਾ ਵਾ ਹੈ ਨਾ ਕਿਸੇ ਨੂੰ ਕੁਛ ਹੁੰਦਾ ਕਿਸੇ ਨੂੰ ਕੁਛ ਹੁੰਦਾ ਤੁਸੀਂ ਹਰ ਚੀਜ਼ ਨੂੰ ਮੈਨੇਜ ਕਰਨਾ ਪਿਆਰ ਨਾਲ ਚਾਹੇ ਔਰ ਤੁਸੀਂ ਐਕਟ ਵੀ ਕਰਨਾ ਤੁਸੀਂ ਚੀਜ਼ਾਂ ਵੀ ਦੇਖਣੀਆਂ ਔਰ ਤੁਸੀਂ ਕਿਸੇ ਨੂੰ ਉਹ ਨਹੀਂ ਕਰਦੇ ਸੋ ਇਹ ਉਦੋਂ ਹੀ ਆਉਂਦੀਆਂ ਨੇ ਜਦੋਂ ਤੁਸੀਂ ਬਹੁਤ ਇੱਕ ਮਾਇੰਡ ਫਰੇਮ ਆਪਣਾ ਸੈੱਟ ਕਰ ਲਓ ਚੀਜ਼ਾਂ ਸਮਝ ਲਓ ਉਹ ਇੱਕ ਬਹੁਤ ਵੱਡਾ ਫਰਕ ਆ ਔਰ ਜਿਹੜਾ ਮੈਨੂੰ ਲੱਗਦਾ ਔਰ ਇਹ ਹੁੰਦਾ ਵੀ ਬੰਦਾ ਕਈ ਵਾਰੀ ਨਾ 5-7 ਭਾਂਡਿਆਂ 'ਚ ਲੱਤ ਪਸਾ ਲੈਂਦਾ ਔਰ ਉਹ ਤੋਂ ਮੁੜ ਕੇ ਕੰਮ ਮੈਨੇਜ ਨਹੀਂ ਹੁੰਦੇ ਹੈਗੇ ਹੈ ਨਾ ਇੰਨੇ ਜਿੰਨੇ ਕੰਮ ਸਾਂਭੇ ਹੋਏ ਨੇ ਮੈਨੇਜ ਵੀ ਕਰ ਰਹੇ ਨੇ ਰਾਈਟ ਹੈ ਨਾ ਗਿੱਪੀ ਗਰੇਵਾਲ ਵੀ ਕਰ ਰਹੇ ਨਹੀਂ ਮੈਂ ਵੀ ਕਰ ਰਿਹਾ ਮੈਂ ਕਹਿ ਰਿਹਾ ਮੈਨੂੰ ਤਾਂ ਇਸ ਚੀਜ਼ ਦੀ ਜ਼ਿਆਦਾ ਰਿਸਪੈਕਟ ਲੱਗਦੀ ਕਿਉਂਕਿ ਸੌਖਾ ਨਹੀਂ ਹੈ ਬਹੁਤ ਬੰਦਿਆਂ ਨੇ ਪੰਗਾ ਲਿਆ ਇਸ ਚੀਜ਼ ਦਾ ਬਹੁਤ ਜਣਿਆਂ ਨੇ ਪੰਗਾ ਲਿਆ ਉਹਨਾਂ ਦਾ ਕਈ ਵਾਰੀ ਕੀ ਹੁੰਦਾ ਕਿ ਜਦੋਂ ਤੁਸੀਂ ਦੂਜੀ ਚੀਜ਼ ਕਰਨ ਲੱਗਦੇ ਹੋ ਅਤੇ ਉਹ ਪਹਿਲਾਂ ਵਾਲੀ ਵੀ ਖਰਾਬ ਹੋ ਜਾਂਦੀ ਹੈ ਸੋ ਚੀਜ਼ ਨੂੰ ਮੈਨੇਜ ਕਰਨਾ ਇਟਸ ਰੀਅਲੀ ਹਾਰਡ ਯੈਸ ਐਂਡ ਗਿੱਪੀ ਵੀਰੇ ਤੁਸੀਂ ਇਹ ਚੀਜ਼ ਫੀਲ ਕਰਦੇ ਹੋ ਕਿ ਅੱਜ ਦੇ ਟਾਈਮ 'ਚ ਸਰਗੁਣ ਹੋ ਗਏ ਸੋਨਮ ਬਾਜਵਾ ਹੋ ਗਏ ਤੁਸੀਂ ਹੋ ਗਏ ਜਾਂ ਦਲਜੀਤ ਭਾਅ ਜੀ ਵੀ ਹੈ ਨਾ ਉਹ ਵੀ ਹੋ ਗਏ ਜਾਂ ਹੋਰ ਜਿਹੜੇ ਵੱਡੇ ਆਰਟਿਸਟ ਨੇ ਜਿਹੜੇ ਸਪੈਸ਼ਲ ਜਿਨ੍ਹਾਂ ਕਰਕੇ ਇੰਡਸਟਰੀ ਤਰ ਦੀ ਜਾਣੀ ਜਾਂਦੀ ਆਰਟਿਸਟ ਤਾਂ ਹਰ ਕੋਈ ਆ ਕੰਮ ਤਾਂ ਹਰ ਕੋਈ ਸੋਹਣਾ ਕਰ ਰਿਹਾ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਦਾ ਸਿਨੇਮਾ ਆ ਕਿ ਤੁਸੀਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਬਣਾ ਕੇ ਰੱਖਿਆ ਹੋਇਆ ਕਿ ਆਪਣੇ ਪੰਜਾਬ ਦੇ ਸਿਨੇਮਾ ਦੀ ਚਰਚਾ ਜਾਂ ਆਪਣੇ ਪੰਜਾਬ ਦੇ ਸਿਨੇਮਾ ਨੂੰ ਇੱਕ ਤਰ੍ਹਾਂ ਦੀ ਦੂਸਰੀਆਂ ਇੰਡਸਟਰੀਜ਼ ਵਿੱਚ ਵੀ ਬਹੁਤ ਵੱਡੇ ਲੈਵਲ 'ਤੇ ਗਿਣਿਆ ਜਾਂਦਾ ਆ ਜੀ ਫੁੱਲ ਗਿਣਿਆ ਜਾਂਦਾ ਵਾ ਔਰ ਮੈਂ ਪ੍ਰੋਮਿਸ ਕਰਦਾ ਵਾਂ ਤੁਸੀਂ ਆਉਣ ਵਾਲੇ ਟਾਈਮ 'ਚ ਦੇਖਿਓ ਹੁਣ ਵੀ ਤੁਸੀਂ ਦੇਖਿਓ ਭਾਅ ਜੀ ਜਾਂਦੇ ਹਾਂ ਬੰਬੇ ਭਾਜੀ ਹੁੰਦੀ ਹੁੰਦੀ ਹੈ ਠੀਕ ਹੈ ਸਾਰਿਆਂ ਨੂੰ ਮਿਲਦੇ ਹਾਂ ਬਹੁਤ ਔਰ ਮੈਨੂੰ ਤਾਂ ਬਹੁਤ ਲੋਕ ਮੈਂ ਪਿੱਛੇ ਵੀ ਇੰਟਰਵਿਊ ਕਰਕੇ ਆ ਉਹ ਕਹਿੰਦੇ ਜੀ ਤੁਸੀਂ ਹਿੰਦੀ ਨਹੀਂ ਕਰਦੇ ਤੁਸੀਂ ਐਂ ਨਹੀਂ ਕਰਦੇ ਮੈਂ ਕਿਹਾ ਜੀ ਪਹਿਲਾਂ ਸਾਨੂੰ ਸੀਗਾ ਅਸੀਂ ਦੇਖਦੇ ਸੀ ਇੱਧਰ ਨੂੰ ਬਹੁਤ ਜ਼ਿਆਦਾ ਹੈ ਨਾ ਮੈਂ ਕਿਹਾ ਜੀ ਹੁਣ ਵੀ ਸਾਡੀ ਕੋਈ ਦੁਸ਼ਮਣੀ ਥੋੜ੍ਹੀ ਆ ਕੋਈ ਰਾਈਟ ਫਿਲਮ ਆਊਗੀ ਤਾਂ ਦੇਖ ਲਾਂਗੇ ਬਟ ਮੇਨ ਟਾਰਗੇਟ ਕਿਸ ਚੀਜ਼ ਦਾ ਬਣਿਆ ਹੋਇਆ ਮੇਨ ਮਤਲਬ ਅੱਜ ਜਦੋਂ ਕੈਰੀਅਨ ਜੱਟਾਂ ਨੇ 100 ਕਰੋੜ ਮਾਰਿਆ ਬੰਬੇ ਤੋਂ ਫੋਨ ਆਉਂਦੇ ਸੀ ਭਾਜੀ ਵਧਾਈਆਂ ਹੋਈਆਂ ਤਾਂ ਕਮਾਲ ਹੋ ਗਈ ਇਹ ਉਹ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੱਡੇ ਵੱਡੇ ਪ੍ਰੋਡਕਸ਼ਨ ਹਾਊਸ ਇੱਦਾਂ ਕਰ ਰਹੇ ਸੀ ਹੈ ਨਾ ਸੋ ਦੇਖ ਕੇ ਇੱਕ ਹੌਸਲਾ ਵਧਿਆ ਵਾ ਹੈ ਨਾ ਸੋ ਸਾਡਾ ਹੁਣ ਫੁੱਲ ਟਾਰਗੇਟ ਲੱਗਿਆ ਹੋਇਆ ਵਾ ਅਸੀਂ ਇਸ ਚੀਜ਼ 'ਤੇ ਲੱਗੇ ਹਾਂ ਕਿ ਹਰ ਸਾਲ 2-4-5 ਫਿਲਮਾਂ 100-100 ਕਰੋੜ ਦਾ ਜਿਹੜਾ ਟੀਚਾ ਉਹ ਪਾਰ ਕਰਨ ਸੋ ਬਹੁਤ ਵਧੀਆ ਲੱਗ ਰਿਹਾ ਜੀ ਔਰ ਬਹੁਤ ਖੁਸ਼ ਹਾਂ ਇਸ ਚੀਜ਼ ਲਈ ਗ੍ਰੇਟ ਐਂਡ ਸਰਗੁਣ ਜਿੱਦਾਂ ਦੀ ਕਾਮੇਡੀ ਫਿਲਮ ਹੁੰਦੀ ਆ ਨਾ ਲਾਈਕ ਜਿੱਦਾਂ ਦੀ ਇਹ ਆ ਜੱਟ ਨੂੰ ਚੁੜੇਲ ਟੱਕਰੀ ਇਹ ਬੇਸਿਕਲੀ ਨਾ ਜਿੱਦਾਂ ਦਾ ਕੋਨਸੈਪਟ ਜਾਂ ਜਿੱਦਾਂ ਦੀ ਫਨੀ ਚੀਜ਼ਾਂ ਹੋਈਆਂ ਨੇ ਰੀਟੇਕਸ ਬਹੁਤ ਜ਼ਿਆਦਾ ਆਰਟਿਸਟ ਨੂੰ ਇਰੀਟੇਟ ਕਰਦੇ ਨੇ ਮਤਲਬ ਇਰੀਟੇਟ ਨਹੀਂ ਕਿ ਹੈਪੀ ਮੂਡ 'ਚ ਇਰੀਟੇਟ ਕਰਦੇ ਨੇ ਗਿੱਪੀ ਵੀਰਾ ਕਿਹੜੀ ਚੀਜ਼ ਤੋਂ ਜ਼ਿਆਦਾ ਉਹ ਹੋਇਆ ਕਿ ਯਾਰ ਬਸ ਕਰ ਯਾਰ ਮਤਲਬ ਕੋਈ ਇੱਦਾਂ ਦਾ ਸੀਨ ਹੋਇਆ ਸੀਗਾ ਫਿਲਮ ਦੇ ਯੂਨੋ ਜਦੋਂ ਸ਼ੂਟ ਕਰ ਰਹੇ ਸੀਗੇ ਦੌਰਾਨ ਕੋਈ ਇੱਦਾਂ ਦੀ ਚੀਜ਼ ਜਿਹੜੀ ਗਿੱਪੀ ਵੀਰੇ ਨੂੰ ਵਾਕਈ ਉਹ ਕੀਤੇ ਮਤਲਬ ਕਿ ਉਹਨਾਂ ਪੋਜ਼ਿਟਿਵ ਨੋਟ 'ਤੇ ਐਕਚੁਲੀ ਪਤਾ ਕੀ ਹੈ ਗਿੱਪੀ ਜੀ ਬਹੁਤ ਜ਼ਿਆਦਾ ਮਤਲਬ ਉਹਨਾਂ ਜਦੋਂ ਉਹ ਡਾਇਰੈਕਟ ਕਰਦੇ ਆ ਉਹ ਤਾਂ ਮਤਲਬ ਇੱਕ ਦਿਨ 'ਚ 4-5-6 ਸੀਨ ਕੱਢ ਸਕਦੇ ਆ ਤੇ ਚਲੋ ਆਪਾਂ ਨਾਰਮਲ ਫਿਲਮਾਂ 'ਚ 2 ਕੱਢ ਸਕਦੇ ਆ ਮੇਰਾ ਮਤਲਬ ਹੈ ਕਿ ਤੁਸੀਂ ਇੰਨੇ ਹੋਮਵਰਕ ਨਾਲ ਜਾਂਦੇ ਆ ਇਹ
ਕਿਆ ਸਾਰਾ ਕੁਛ ਇਹਨਾਂ ਨੇ ਤਾਂ ਮਤਲਬ ਸ਼ੂਟ ਆਪਣੇ ਦਿਮਾਗ 'ਚ ਪਹਿਲਾਂ ਹੀ ਕੀਤੀ ਹੁੰਦੀ ਆ ਫਿਲਮ, ਮੈਨੂੰ ਲੱਗਦਾ ਫੋਨ 'ਤੇ ਵੀ ਕੀਤੀ ਹੋਣੀ ਆ ਲੋਕਾਂ ਦੇ ਨਾਲ, ਹੁਣ ਤਾਂ ਬਸ ਜਾ ਕੇ ਇਹਨਾਂ ਨੇ ਕੰਮ ਹੀ ਕਰਨਾ ਹੁੰਦਾ, ਲਾਈਕ ਬਸ ਫਾਈਨਲ ਸ਼ੂਟ ਹੀ ਕਰਨਾ ਹੁੰਦਾ। ਅਸੀਂ ਕੀ ਕਰਦੇ, ਅਸੀਂ ਜਾ ਕੇ ਇੰਪਰੋਵਾਈਜ਼ ਹੋ ਗਿਆ, ਮਤਲਬ ਸਾਡੇ ਟਾਈਮ ਬਾਹਲਾ ਲੱਗਦਾ, ਬਟ ਉਹ 2-3 ਹੋ ਗਏ ਹੈ ਨਾ। ਹੁਣ ਇਸ ਫਿਲਮ 'ਚ ਤਾਂ ਉਹ ਵੀ ਪੋਸੀਬਲ ਨਹੀਂ ਸੀ, ਕਿਉਂਕਿ ਜਦੋਂ ਇੱਕ ਸੀਨ ਹੋਇਆ ਫਿਰ ਇੱਕ ਸੀਨ ਨੂੰ ਨੋਰਮਲੀ ਕੀਤਾ, ਫਿਰ ਉਹਦੀਆਂ ਪਲੇਟਾਂ ਅਲੱਗ, ਫਿਰ ਉਹਦਾ VFX ਅਲੱਗ, ਉਹਨੂੰ ਕਰੋਮਾ 'ਤੇ ਅਲੱਗ, ਤਾਂ ਉਸ ਕਰਕੇ ਜਿਹੜਾ ਨੋਰਮਲ ਸੀਨ ਨੂੰ 2 ਦਿਨ ਲੱਗਦੇ, ਇੱਥੇ 4 ਲੱਗਦੇ ਸੀ। ਤਾਂ ਆਈ ਥਿੰਕ ਉਹ ਪੇਸ਼ੈਂਸ ਸਾਨੂੰ ਸਾਰਿਆਂ ਨੂੰ ਰੱਖਣੀ ਪਈ ਕਿ ਲੰਬੀ ਚੱਲੂਗੀ। ਗਿੱਪੀ ਜੀ ਨੇ ਮੈਨੂੰ ਬਹੁਤ ਵਾਰੀ ਪੁੱਛਿਆ, ਕਹਿੰਦੇ ਤੂੰ ਝੂਠ ਝੂਠ 'ਚ ਮੇਰੇ ਨਾਲ 2-3 ਫਿਲਮਾਂ ਸ਼ੂਟ ਕਰ ਲਈਆਂ ਲੱਗਿਆ ਜਵਾਬ ਦੇਣਾ ਚਾਹੁੰਦਾ ਜਿਹੜੀ ਇਹਨਾਂ ਨੇ ਕਿਹਾ, ਕਹਿੰਦੇ ਇਹਨਾਂ ਦੀ ਬਹੁਤ ਤਿਆਰੀ ਹੁੰਦੀ ਆ ਵੀ ਸ਼ਾਇਦ ਇਹ ਫੋਨ ਤੇ ਸ਼ੂਟ ਵੀ ਕਰ ਲੈਂਦੇ ਆ। ਅਸੀਂ ਵਾਰਨਿੰਗ ਕੀਤੀ ਆ, ਅਸੀਂ ਵਾਰਨਿੰਗ ਆਲਮੋਸਟ 60% ਫਿਲਮ, 50-60% ਫਿਲਮ ਅਸੀਂ ਫੋਨਾਂ 'ਤੇ ਸ਼ੂਟ ਕਰਕੇ ਪੂਰੀ ਐਡਿਟ ਹੋਈ, ਉਹ ਸਾਰੇ ਦੇ ਸਾਰੇ ਸੀਨ, ਸਾਰੇ ਟੀਮ ਨਹੀਂ ਆ ਇੱਕ ਫੋਨਾਂ ਦੇ ਉੱਤੇ ਪ੍ਰੋਪਰ। ਤੁਸੀਂ ਗੱਲ ਡਿਸਕਲੋਜ਼ ਤਾਂ ਨਹੀਂ ਕੀਤੀ ਕਦੇ? ਕਦੇ ਨਹੀਂ। ਐਕਸ਼ਨ ਸੀਕੁਐਂਸ ਤਾਂ ਸਾਰਾ, ਐਕਸ਼ਨ ਸੀਕੁਐਂਸ ਸਾਰਾ ਉਹ ਹੁਣ ਵੀ ਸਾਡੇ ਫੋਨਾਂ 'ਚ ਪਿਆ ਹੋਣਾ, ਸ਼ਾਇਦ ਬਲਜੀਤ ਭਾਈ ਦੇ ਫੋਨ 'ਚ ਹੋਊ ਜਾਂ ਅਮਰ ਦੇ ਫੋਨ 'ਚ ਹੋਊਗਾ, ਮੇਰੇ ਫੋਨ 'ਚ ਵੀ ਹੋ ਸਕਦਾ। ਉਹ ਪੂਰੇ ਦੇ ਪੂਰੇ ਸੀਕੁਐਂਸ ਔਰ ਪ੍ਰੋਪਰ ਜਿਹੜੇ ਸੈਟੇਲਾਈਟ ਸੀ, ਜਿਵੇਂ ਕੰਧ ਟੁੱਟਣੀਆਂ ਤਾਂ ਪ੍ਰੋਪਰ ਕੰਧਾਂ ਤੋੜੀਆਂ ਸੀ ਪਹਿਲਾਂ, ਕਿਉਂਕਿ ਰੀਜ਼ਨ ਕੀ ਸੀ, ਅਸੀਂ ਕਿਹਾ ਫੋਨਾਂ ਦੇ ਉੱਤੇ ਉਹ ਸਾਰੀ ਟੀਮ ਸਾਡੀ ਸੀਗੀ, ਉਹਨਾਂ ਨੇ ਸਾਰਾ ਕੁਛ ਐਗਜ਼ੀਕਿਊਟ ਕੀਤਾ, ਸਾਰਾ ਅਸੀਂ ਦੇਖਦੇ ਸੀ, ਉਹਦੇ ਨਾਲ ਇੰਨੀ ਤਿਆਰੀ ਹੋ ਜਾਂਦੀ ਸਾਨੂੰ ਐਂ ਲੱਗਦਾ ਵੀ ਜਦੋਂ ਅਸੀਂ ਇੰਨਾ ਤਾਮ ਜਾਮ ਲੈ ਕੇ ਸੈੱਟ 'ਤੇ ਜਾਈਏ ਤਾਂ ਉਹ ਫਟਾਫਟ ਹੋ ਜਾਵੇ ਕਿ ਟਾਈਮ ਵੇਸਟ ਨਾ ਹੋਵੇ, ਕਿਉਂਕਿ 250 ਬੰਦਾ ਖੜਾ, ਕੈਮਰੇ 4-4 ਕੈਮਰੇ ਨੇ, ਸਾਰਾ ਕੁਛ ਇੰਨਾ ਖਰਚਾ ਵਾ ਵੀ ਉਹ ਉਦੋਂ ਘੱਟ ਲੱਗੇ, ਕਿਉਂਕਿ ਫੋਨ ਦੇ ਉੱਤੇ ਕਿਹੜਾ ਉਹ ਖਰਚਾ ਸੀ, ਸੈੱਟ ਲਾਉਂਦੇ ਲਾਉਂਦੇ ਸ਼ੂਟ ਕਰ ਲੈਂਦੇ ਸੀ, ਨਾਲ ਹੀ ਤੋੜਦੇ ਸੀ, ਨਾਲ ਹੀ ਕਰ ਲੈਂਦੇ। ਵਾਹ ਭਾਜੀ, ਮਤਲਬ ਬੜੀ ਸੋਹਣੀ ਚੀਜ਼, ਕਿਉਂਕਿ ਪਹਿਲਾਂ ਗਾਣੇ ਤਾਂ ਸੁਣੇ ਸੀ ਫੋਨਾਂ 'ਚ ਬਣ ਜਾਂਦੇ ਹੁੰਦੇ ਨੇ ਕਿ ਚਲੋ ਕਿਤੇ ਨਾ ਕਿਤੇ ਉਹਨੂੰ ਲਾ ਲੂ ਕੇ, ਬਟ ਇਹ ਫਿਲਮ ਦਾ ਬੰਦਾ ਵਾਕਈ ਰਿਹਰਸਲਾਂ, ਮਤਲਬ ਰਿਹਰਸਲਾਂ ਸਾਰਾ ਸਾਰਾ ਮੋਟਾ ਮੋਟਾ ਫਾਰਮੈਟ ਸ਼ੂਟ ਸੀ, ਬੱਸ ਵਾਲਾ ਪਾਰਟ ਸਾਰਾ ਹੀ ਸ਼ੂਟ ਕੀਤਾ, ਸਾਰੇ ਕੀਤੇ। ਗ੍ਰੇਟ। ਐਂਡ ਰੂਪੀ ਜੀ, ਹਲੇ ਨਾ ਮਤਲਬ ਨਵਾਂ ਨਵਾਂ ਜਿਵੇਂ ਪੈਰ ਧਰਿਆ ਹੋਇਆ ਹੈ ਨਾ ਇੰਡਸਟਰੀ 'ਚ, ਤੁਸੀਂ ਇੱਕ ਨਵੇਂ ਇਨਸਾਨ ਵਾਸਤੇ, ਤੁਸੀਂ ਓਬਵੀਅਸਲੀ ਤੁਸੀਂ ਐਜ਼ ਅ ਮਿਊਜ਼ਿਕ 'ਚ ਕੰਮ ਕੀਤਾ ਹੈ ਨਾ, ਗਾਣੇ ਗੁਣੇ 'ਚ ਕੰਮ ਕੀਤਾ, ਫਿਲਮ 'ਚ ਵੀ ਕੀਤਾ ਆ, ਬਟ ਨਵੇਂ ਇਨਸਾਨ ਵਾਸਤੇ ਨਾ ਫਿਰ ਵੀ ਸਪੋਰਟਿਵ ਹੋਣਾ ਕੋ ਆਰਟਿਸਟ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸੋ ਦੈਟ ਉਹਨੂੰ ਉਹ ਚੰਗਾ ਫੀਲ ਕਰਾਵੇ, ਤਾਂ ਕਿ ਉਹਦਾ ਕੰਮ ਪਰਦੇ 'ਤੇ ਇੱਕ ਬਹੁਤ ਬਿਹਤਰ ਤਰੀਕੇ ਨਾਲ ਯੂ ਨੋ ਹੋ ਪਾਵੇ। ਸਰਗੁਣ ਅਤੇ ਗਿੱਪੀ ਦੀ ਕਿਹੜੀ ਬੈਸਟ ਚੀਜ਼ ਸੀਗੀ ਯੂ ਨੋ, ਜਿਹੜੀ ਕਿ ਤੁਹਾਨੂੰ ਲੱਗੀ ਕਿ ਇਹ ਚੀਜ਼ ਮੇਰੇ ਵਾਸਤੇ ਬਹੁਤ ਵਧੀਆ ਆ? ਕੋਈ ਵੀ ਸੀਨ ਹੁੰਦਾ ਸੀ ਜਿਹੜਾ ਮੋਸਟਲੀ ਐਕਟਿੰਗ, ਮੈਨੂੰ ਅੱਜ ਅਜੇ ਵੀ ਯਾਦ ਆ ਜਿਹੜਾ ਟ੍ਰੇਲਰ ਦੇ ਵਿੱਚ ਇੱਕ ਸੀਨ ਆ, ਉਦੋਂ ਜਦੋਂ ਕਹਿੰਦੀ ਆ ਕਿ ਪਹਿਲੀ ਵਾਰੀ ਤਾਂ ਪਰੀ ਟਕਰੀ ਆ, ਉੱਦਣ ਮੈਨੂੰ ਯਾਦ ਹੈ ਮੈਨੂੰ ਉਹ ਯਾਦ ਨਹੀਂ ਹੋ ਰਹੀਆਂ ਸੀਗੀਆਂ ਲਾਈਨਾਂ, ਅਤੇ ਉਦੋਂ ਧੁੱਪ ਵੀ ਬਹੁਤ ਸੀ ਕਿਉਂਕਿ ਅਸੀਂ ਅਬੋਰ ਸ਼ੂਟ ਕੀਤਾ ਸੀ। ਐਂਡ ਮੈਂ ਇੱਕ ਵਾਰੀ ਦੋਨੋਂ ਸਰਗੁਣ ਅਤੇ ਗਿੱਪੀ ਸਰ ਨੂੰ ਕਿਹਾ ਵੀ ਸੀ ਕਿ ਸੋਰੀ ਹੁਣ ਟਾਈਮ ਲੱਗ ਰਿਹਾ, ਇਹਨਾਂ ਨੇ ਕਦੇ ਵੀ ਨਹੀਂ ਮੈਨੂੰ ਕਿਹਾ ਹੈਗਾ ਕਿ ਯਾਰ ਜਲਦੀ ਕਰ ਜਾਂ ਅਸੀਂ ਖੜ੍ਹੇ ਹਾਂ ਜਾਂ ਗਰਮੀ ਆ, ਬਿਕੋਜ਼ ਇਹਨਾਂ ਨੂੰ ਮਤਲਬ ਖੜ੍ਹਨਾ ਪੈਂਦਾ ਸੀ ਜੇ ਕੋਈ ਸ਼ੋਲਡਰ ਵਗੈਰਾ ਦੇਣਾ, ਅਤੇ ਇਹਨਾਂ ਨੇ ਮੈਨੂੰ ਕਦੇ ਵੀ ਨਹੀਂ ਫੀਲ ਕਰਾਇਆ ਕਿ ਮੈਂ ਟਾਈਮ ਲਾ ਰਹੀ ਹਾਂ, ਲਾਈਕ ਮੈਨੂੰ ਟਾਈਮ ਲੱਗ ਰਿਹਾ ਹਜੇ। ਆਲਵੇਜ਼ ਮੈਨੂੰ ਦੋਨਾਂ ਨੇ ਇਹ ਕਿਹਾ ਕੋਈ ਚੱਕਰ ਨਹੀਂ, ਸਗੋਂ ਹੈਲਪ ਹੀ ਕੀਤੀ ਹੈ ਸੱਚੀ ਦੱਸਾਂ ਕਿ ਤੂੰ ਨਾ ਇੱਦਾਂ ਇੱਦਾਂ ਬੋਲ ਜਾ ਪਿੱਛੇ, ਸਰਗੁਣ ਨੇ ਮੈਨੂੰ ਹਮੇਸ਼ਾ ਦੱਸਿਆ ਕਿ ਪਿੱਛੇ ਇੱਦਾਂ ਹੋਇਆ ਸੀਗਾ ਇਹ ਸੀਨ ਤੋਂ ਪਹਿਲਾਂ, ਤਾਂ ਕਰਕੇ ਆਪਾਂ ਇੱਦਾਂ ਕਰ ਰਹੇ ਹਾਂ, ਸੋ ਜਸੋ ਮੈਨੂੰ ਹੈਲਪ ਹੋਵੇ। ਮੈਨੂੰ ਕਦੇ ਵੀ ਗਿੱਪੀ ਸਰ ਨੇ ਨਹੀਂ ਫੀਲ ਕਰਾਇਆ ਹੈਗਾ ਕਿ ਮੈਂ ਟਾਈਮ ਲਾ ਰਹੀ ਹਾਂ, ਕਦੇ ਵੀ ਨਹੀਂ, ਨੈਵਰ। ਸਗੋਂ ਸਪੋਰਟ ਕੀਤੀ ਆ ਮੈਨੂੰ, ਅਤੇ ਵੇਟ ਵੀ ਕੀਤੀ ਆ, ਭਾਵੇਂ 10 ਟੇਕ ਲੱਗ ਜਾਣ 11 ਟੇਕ ਲੱਗ, ਨੈਵਰ ਮੈਨੂੰ ਅੱਜ ਤੱਕ ਇੱਦਾਂ ਫੀਲ ਹੀ ਨਹੀਂ ਹੋਇਆ ਕਿ ਮੈਂ ਸੀਨੀਅਰ ਉਹਨਾਂ ਸੀਨੀਅਰ ਨੇ ਕੰਮ ਕਰ ਰਹੀ ਹਾਂ, ਜਾਂ ਇਹ ਵੇਟ ਕਰ ਰਹੇ ਆ ਮੇਰੀ, ਜਾਂ ਇਹਨਾਂ ਨੂੰ ਇਰੀਟੇਸ਼ਨ ਹੋ ਰਹੀ ਹੈ ਜਾਂ ਕੁਛ ਵੀ ਨਾ। ਸੁਪਰਬ ਸੁਪਰਬ।
ਆਪਾਂ ਇੱਕ ਰੈਪਿਡ ਫਾਇਰ ਰਾਊਂਡ ਖੇਲਦੇ ਹਾਂ। ਜੇ ਗਿੱਪੀ ਭਾਈ ਨੇ ਕਿਸੇ ਸੈਲੀਬ੍ਰਿਟੀ ਦੇ ਘਰੇ ਛਾਪਾ ਮਾਰਨਾ ਹੋਏ ਉਹ ਕਿਹੜਾ ਹੋਊਗਾ? ਛਾਪਾ ਮਾਰਨਾ ਹੋਏ, ਹਾਂ ਮਤਲਬ ਕੋਈ ਵੀ ਚੀਜ਼ ਚੱਕਣੀ ਹੋਵੇ, ਬਈ ਤੇਰੇ ਘਰੇ ਮੈਨੂੰ ਇਹ ਵਧੀਆ ਚੀਜ਼ ਮਿਲ ਜਾਏ ਜਿਹੜੀ ਮੇਰੇ ਵਾਸਤੇ ਬੜੇ ਕੰਮ ਦੀ ਹੋਊਗੀ, ਕਿਹੜੇ ਕਲਾਕਾਰ ਦੇ ਘਰੇ ਛਾਪਾ ਮਾਰਨਾ ਗਿੱਪੀ ਵੀਰਾ ਪਸੰਦ ਕਰੂਗਾ? ਮੈਂ ਤਾਂ ਚੰਗਾ ਭਲਾ ਯਾਰ, ਮੈਂ ਤਾਂ ਆਪਦੇ ਘਰੇ ਮਾਰ ਲਿਆ, ਮੈਂ ਖੁਸ਼ ਹਾਂ, ਮੈਂ ਖੁਸ਼ ਹਾਂ, ਮੈਂ ਹੁਣ ਮੈਂ ਕੀ ਕਹਾਂ ਕਿਹਦੇ ਘਰੇ ਮੈਂ ਮਾਰਨਾ, ਮੈਂ ਕੋਈ ਨਾ ਵੀ ਕੋਈ ਲਾਲਜੀ ਹੈ ਕਰਕੇ ਫਲਾਣੇ ਦੇ ਘਰੇ ਮਾਰਨਾ ਮੈਂ ਟਿਕਾਣ ਦੇ, ਅਸੀਂ ਗਿੱਪੀ ਸਰ ਦੇ ਘਰੇ ਮਾਰਨਾ ਚਾਹੁੰਦੇ, ਤੁਸੀਂ ਸ਼ਾਹਰੁਖ ਦੇ ਘਰ ਮਾਰ ਕੇ ਉਹਦੇ ਘਰੇ ਮੇਰੀ ਇੱਕ ਛੋਟੀ ਜਿਹੀ ਫੋਟੋ ਦੇ ਵਾਲਟ 'ਚ ਰੱਖ। ਆਏ ਹਾਏ 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 ਹਾਏ, ਕੀ ਬਾਤ ਹੈ, ਮੈਂ ਵੈਸੇ ਹੀ ਰੱਖਿਆ ਹੂੰ, ਕੁਛ ਵੀ ਮੰਗ ਸਕਦੇ ਹੋ, ਹੋਰ ਬਸ ਨਹੀਂ ਇਹ ਕਰਾ ਦੂੰ ਮੈਂ। ਵਾਹ, ਤੇ ਕੋਈ ਨਹੀਂ ਹੈਗਾ? ਨਹੀਂ ਮੈਨੂੰ ਵੱਡਾ ਤਾਂ ਭਾਈ ਕੋਈ ਤਾਂ ਹੋਏਗਾ ਨਾ, ਕੋਈ ਪ੍ਰਿੰਸ ਭਾਜੀ ਹੋ ਜਾਣ, ਕੋਈ ਵੀ ਬੰਦਾ ਹੋ ਜਾਵੇ ਤੁਹਾਡਾ ਜਿਹੜਾ ਦੋਸਤ ਹੋਵੇ, ਸੋਨਮ ਬਾਜਵਾ ਹੋ ਜਾਵੇ। ਮੈਂ ਗਿਆ ਤਾਂ ਉਹਨੇ ਮੈਨੂੰ ਦੇ ਦੇਣੀ ਆ ਉਹ ਜਿਹੜੀ ਚੱਪਲੀ ਦੀ ਬੱਦਰੀ ਜੀ ਨਿਕਲਦੀ ਹੁੰਦੀ ਆ ਉਹਦੀ ਦੀ, ਨਹੀਂ ਜਾਨੀ ਮੇਰੀ ਐਲਬਮ ਕਰ ਰਿਹਾ ਵਾ ਤੇ ਮੈਂ ਜਾਨੀ ਦੇ ਘਰੇ ਜਾ ਕੇ ਗਾਣੇ ਗੁਣੇ ਚੱਕ ਲਾ ਦਿੰਦਾ, ਉਹ ਵੀ ਪਤੰਦਰ ਨੇ ਲਿਖੇ ਨਹੀਂ ਹੁੰਦੇ ਤੇ ਟੈਲੀਫੋਨ ਜਿਹੇ ਚੁੰਦੇ ਆ, ਉਹ ਵੀ ਉੱਥੇ ਬੈਠ ਕੇ ਕਹਿੰਦਾ ਭਾਜੀ ਮੈਂ ਕਰ ਰਿਹਾ ਐਂ ਕਰਕੇ ਐਂ ਕਰਕੇ। ਮੈਨੂੰ ਯਾਦ ਆ ਜਦੋਂ ਅਸੀਂ ਔਸਕਰ ਬਣਾ ਰਹੇ ਸੀਗੇ ਨਾ, ਤੇ ਮੈਂ ਤੇ ਗਿਆਨੀ ਸੀਗੇ ਬੈਠੇ ਉੱਤੇ ਤੇ ਬਣਾਉਣ ਲੱਗ ਗਿਆ ਗਿਆਨੀ ਆਇਆ ਕਰਕੇ, ਤੇ ਗਿਆਨੀ ਆਪਣੇ ਗੁਰਪ੍ਰੀਤ ਭਲੇੜੀ ਤੇ ਉਹ ਬੈਠੇ ਸੀ ਸਾਰੇ ਜਣੇ ਵੀ ਪ੍ਰੈਕ ਜਾਨੀ ਜਾਨੀ ਲਿਖ ਰਿਹਾ ਤੇ ਜਾਨੀ ਨੇ ਪਹਿਲਾਂ ਤਿੰਨ ਚਾਰ ਚੀਜ਼ਾਂ ਕੱਢ ਕੇ ਲਿਖਿਆ, ਪਰ ਆਹ ਕਿਵੇਂ ਆਹ ਕਿਵੇਂ, ਮੈਂ ਹਾਲੇ ਬੋਲਣ ਲੱਗਿਆ ਕਰੇ ਗਿਆਨੀ ਕਰੇ ਨਾਸਤਾ ਜੀ, ਉਹ ਗੱਲ ਨਹੀਂ ਹੈਗੀ, ਉਹ ਗੱਲ ਨਹੀਂ ਹੈਗੀ, ਹੈ ਨਾ ਭਾਈ ਜਾਨੀ। ਉਸ ਤੋਂ ਬਾਅਦ ਨਾ ਤਿੰਨ ਚਾਰ ਵਾਰੀ ਜਦੋਂ ਨੇ ਊਂ ਕੀਤਾ ਜਾਨੀ, ਅਗਲੀ ਵਾਰੀ ਕੁਛ ਲਿਖ ਕੇ ਲਿਆ, ਜਾਨੀ ਮੇਰੇ ਕੋਲ ਆਈ ਨਹੀਂ, ਸਿੱਧਾ ਗਿਆਨੀ ਕੋਲ ਚਲੇ ਗਿਆ, ਕਹਿੰਦਾ ਭਾਈ ਸੁਣਿਓ ਨਾ ਉਹ, ਮੈਂ ਕਿਹਾ ਯਾਰ ਇਹ ਤਾਂ ਅਟਰੈਕਸ਼ਨ ਹੀ ਉੱਧਰ ਲੈ ਗਿਆ ਨਾ, ਮੈਂ ਨਾ ਉਹ ਲੈ ਕੇ ਆ ਗਿਆ, ਕਹਿੰਦਾ ਨਹੀਂ ਮੈਂ ਔਸ ਕਰ ਦਿੰਦਾ ਤੇਰੇ ਲੱਕ ਨੂੰ ਜੇ ਬੇਬੀ ਮੇਰਾ ਬਸ ਚੱਲਦਾ। ਜਾਨੀ ਹੁਣ ਜਾਨੀ ਕਹਿੰਦਾ ਮੇਨ ਲਾਈਨ ਕਿਹੜੀ ਹੈ? ਉਹ ਕਹਿੰਦਾ ਜੀ ਆਹ ਵੀ ਔਸ ਕਰ ਦਿੰਦਾ ਤੇਰੇ ਲੱਕ ਨੂੰ, ਨਾਲਾ ਇਹ ਤਾਂ ਸ਼ੁਰੂ ਸ਼ੁਰੂ ਚਾ ਸਕਦੀ ਆ, ਮੇਨ ਕੁਛ ਹੋਰ ਲਿਆਓ, ਪਰ ਸਾਡੇ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ, ਜਾਂ ਤਾਂ ਸੀ ਅਵਾਰਡ ਹੋਵੇ, ਕਹਿੰਦਾ ਇਹਦਾ ਕਿਆ ਪਤਾ ਲੱਗੂਗਾ ਔਸਕਰ ਕਿਆ ਹੈ, ਕਹਿੰਦਾ ਕਿਸੇ ਨੂੰ ਕੁਛ ਨਹੀਂ ਪਤਾ ਹੈਗਾ, ਐ ਕਰੋ ਬਾਈ। ਜਾਨੀ ਦਾ ਮੂੰਹ ਪੀੜਾ ਜਿਹਾ ਹੋ ਗਿਆ ਨਾ, ਜਾਨੀ ਬਾਹਰ ਨਿਕਲਿਆ ਨੇ ਬਾਦਸ਼ਾਹ ਨੂੰ ਫੋਨ ਕੀਤਾ, ਕਹਿੰਦਾ ਯਾਰ ਤੁਸੀਂ ਭਾਜੀ ਨੂੰ ਫੋਨ ਕਰਕੇ ਦੱਸੋ ਬੜਾ ਯਾਰ, ਮੈਨੂੰ ਬਾਦਸ਼ਾਹ ਫੋਨ ਆਇਆ, ਮੈਂ ਕਿਹਾ ਕਹਿੰਦਾ ਭਾਜੀ ਮੈਨੂੰ ਲਹਿਰ ਬਹੁਤ ਅੱਛੀ ਲੱਗਦੀ ਹੈ, ਇਹ ਗਾਣਾ ਆਪਣਾ ਵਧੀਆ ਜਾਣਾ, ਤੁਸੀਂ ਪਲੀਜ਼ ਦੇਖੋ, ਤਾਂ ਤਾਂ ਜਾ ਕੇ ਰਿਕਾਰਡ ਹੋਇਆ। ਸੋ ਇਸ ਕਰਕੇ ਮੈਂ ਜੇ ਛਾਪਾ ਮਾਰਨਾ ਜਾਨੀ ਤੋਂ ਗਾਣੇ ਚਾਰ ਪੰਜ ਸਕ ਸਕਦਾ। ਵਾਹ ਸੁਪਰ। ਐਂਡ ਰੂਪੀ, ਰੂਪੀ ਗਿੱਲ ਇੰਡਸਟਰੀ 'ਚ ਕਿਹੜੇ ਮੁੰਡੇ ਨਾਲ ਡੇਟ 'ਤੇ ਜਾਣਾ ਪਸੰਦ ਕਰੂਗੀ? ਰੂਪੀ ਗਿੱਲ ਇਸ ਤੇ ਆਇਆ ਦਿਲ, ਕਿਸੇ ਨਾਲ ਨਹੀਂ ਜੀ, ਕਿਸੇ ਨਾਲ ਨਹੀਂ, ਨਾ ਇੰਡਸਟਰੀ ਤੋਂ ਬਾਹਰ, ਨਾ ਨੋ, ਕਿਸੇ ਨਾਲ। ਵਾਹ, ਜਿਹਨੇ ਇਹਦੇ ਨਾਲ ਡੇਟ 'ਤੇ ਜਾਣਾ ਇਹਨੂੰ ਕਿਲੋ ਚਾਕਲੇਟਾਂ ਲਿਆ ਦੇ। ਵਾਹ। ਐਂਡ ਜੇ ਜਾਨੀ ਤੋਂ ਡਿਸਕਾਊਂਟ ਕਰਾਉਣਾ ਹੋਵੇ ਤਾਂ ਉਹਦਾ ਤਰੀਕਾ ਕੀ ਹੈ ਗਾਣਿਆਂ 'ਚ? ਜਾਨੀ ਨੂੰ ਤਾਂ ਦੱਸਣਾ ਪੈਂਦਾ ਕਿ ਲੋਕਾਂ ਤੋਂ ਡਿਸਕਾਊਂਟ ਕਰਾ ਲਓ, ਜਾਨੀ ਬਹੁਤ ਪੈਸੇ ਵੰਡਦਾ ਹੈ ਨਾ, ਉਹਨਾਂ ਉਹਦਾ ਪ੍ਰੋਬਲਮ ਆ, ਉਹਨੇ ਅੱਗੇ ਹੁਣੇ ਆਪਾਂ ਦੋ ਚਾਰ ਚੀਜ਼ਾਂ ਕੀਤੀਆਂ, ਕੁਛ ਕਰ ਰਹੇ ਆਪਾਂ, ਜਿਹੜੇ ਪੈਸੇ ਉਹਨਾਂ ਨੇ ਮੰਗੇ, ਮੈਂ ਕਿਹਾ ਜਾਨੀ ਇੱਥੇ ਤਾਂ ਲਾਗੂ ਵੀ ਨਹੀਂ ਹੁੰਦੇ, ਹੈ ਨਾ, ਤਾਂ ਜਾਨੀ ਦਾ ਹੈਗਾ ਹੈ ਕਿ ਉਹ ਉਹਨੇ ਅੱਗੇ ਉਹਨਾਂ ਨੂੰ ਦਿੱਤਾ। ਫਿਰ ਮੈਂ ਉਹਨਾਂ ਨੂੰ ਫੋਨ ਕੀਤਾ, ਫਿਰ ਮੈਂ ਕਿਹਾ ਜੀ ਆਹ ਫਿਲਮ ਦਾ ਹੈ, ਇੱਥੇ ਇੰਨੇ ਹੋ ਨਹੀਂ ਸਕਦੇ, ਮੈਂ ਸਾਡੇ ਕੋਲ ਹੁੰਦੇ ਨਹੀਂ ਐਕਚੁਅਲੀ, ਫਿਲਮ ਦਾ ਬਹੁਤ ਅਲੱਗ ਕੇਸ ਹੁੰਦਾ। ਫਿਰ ਜਾ ਕੇ ਉਹਨੂੰ ਸਮਝਾਇਆ, ਤੇ ਮੈਨੂੰ ਲੱਗਦਾ ਕਿ ਜਾਨੀ ਨੂੰ ਡਿਸਕਾਊਂਟ ਲੈਣਾ ਨਹੀਂ, ਜਾਨੀ ਨੂੰ ਡਿਸਕਾਊਂਟ ਲੈਣਾ ਸਿਖਾਉਣਾ ਪੈਣਾ। ਵਾਹ। ਐਂਡ ਗਿੱਪੀ ਭਾਅ ਜੀ, ਜੇ ਗਿੱਪੀ ਨੂੰ ਸਰਗੁਣ ਤੋਂ ਗਾਣਾ ਸੁਣਨਾ ਹੋਵੇ ਤਾਂ ਉਹ ਕਿਹੜਾ ਗਾਣਾ ਹੋਏਗਾ? ਇਹਨਾਂ ਕਿਉਂ ਕੋਈ ਵੀ ਨਹੀਂ, ਮੈਂ ਜਿਹੜਾ ਸਰਗੁਣ ਤੋਂ ਗਾਣਾ ਸੁਣਨਾ ਹੈ ਉਹ ਹੈਗਾ ਸਾਇਲੈਂਟ ਗਾਣਾ।
ਐਦਾਂ ਕਰਕੇ ਨਾ ਹਰਿਆਣਵੀ ਸੌਂਗ ਵਿਚ ਯੂ ਵਾਂਟ ਟੂ ਹੀਅਰ ਫਰੋਮ ਬੀ ਪ੍ਰਾਕ ਬੀ ਪ੍ਰਾਕ ਬਾਈ ਜੀ ਹਰਿਆਣਵੀ ਗਾਣਾ ਗਾਉਣਗੇ ਤਾਂ ਕਿਹੜਾ ਗਾਣਾ ਤੁਸੀਂ ਚਾਹੁੰਦੇ ਹੋ ਕਿ ਉਹ ਗਾਣਾ ਗਾਉਣ ਮੈਨੂੰ ਤਾਂ ਅੱਜ ਕੱਲ ਇੱਕੋ ਹੀ ਹਰਿਆਣਵੀ ਗਾਣਾ ਪਤਾ ਮੇਰਾ ਬਾਲਮ ਥਾਨੇਦਾਰ ਚਲਾਵੇਂ ਜਿਪਸੀ ਸਭ ਤੋਂ ਬੈਸਟ ਰਿਊਮਰ ਜਿਹੜਾ ਤੁਸੀਂ ਆਪਣੇ ਬਾਰੇ ਸੁਣਿਆ ਹੋਵੇ ਅੱਜ ਤੱਕ ਉਹ ਮੇਰਾ ਹਜੇ ਹਜੇ ਉੱਡਿਆ ਇੱਕ ਕਿ ਮੈਂ ਤੇ ਰਵੀ ਗੋਵਿੰਦਾ ਜੀ ਦੇ ਬੇਟਾ ਬੇਟੀ ਨੇ ਕਿਸੇ ਨੇ ਸਾਡੀ ਫੋਟੋ ਪਾ ਕੇ ਲਿਖਿਆ ਗੋਵਿੰਦਾ ਜੀ ਤੇ ਬੇਟਾ ਤੇ ਕੁੜੀ ਦੇਖ ਕੇ ਜਿੱਦਾਂ ਦੀਆਂ ਫਿਲਮ ਤੁਸੀਂ ਕਰ ਰਹੇ ਹੋ ਵਾਰਨਿੰਗ ਹੋਵੇ ਜਾਂ ਕੋਈ ਵੀ ਹੋਵੇ ਤੁਸੀਂ ਯੂ ਨੋ ਦੋ ਤਿੰਨ ਚਾਰ ਮਹੀਨੇ ਦਾ ਗੈਪ ਲੈ ਕੇ ਤੁਹਾਡੇ ਮੈਕਸੀਮਮ ਪ੍ਰੋਜੈਕਟ ਤੁਹਾਡੇ ਆਉਂਦੇ ਨੇ ਹਨਾ ਸਾਲ 'ਚ ਇਸ ਚੀਜ਼ ਨਾਲ ਸਾਡੇ ਪੇਰੈਂਟਸ ਨੂੰ ਡੈਫੀਨੇਟਲੀ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਆ ਤਾਂ ਮੈਂ ਉਹਨਾਂ ਮੰਮੀ ਦੀ ਫੀਲਿੰਗ ਜਾਣਨੀ ਚਾਹੁੰਦਾ ਸਪੈਸ਼ਲ ਬਿਕੋਜ਼ ਮੈਂ ਚਾਹੁੰਦਾ ਕਿ ਮਾਤਾ ਦਾ ਜ਼ਿਕਰ ਤੁਸੀਂ ਬੜਾ ਘੱਟ ਕਰਦੇ ਹੋ ਬਟ ਮੈਂ ਚਾਹੁੰਦਾ ਕਿ ਹਾਂ ਇਹ ਜਿਹੜੀ ਫੀਲਿੰਗ ਹੈਗੀ ਆ ਕਿ ਯੂ ਨੋ ਕਾਫੀ ਸਾਰੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਭਾਵੇਂ ਗੱਡੀਆਂ ਹੋਣ ਕਿਉਂਕਿ ਮਾਲਕ ਦੀ ਮਿਹਰ ਪੂਰੀ ਆ ਮਿਹਨਤ ਦੇ ਸਦਕੇ ਹੀ ਤੁਹਾਡੇ ਕੋਲ ਚੀਜ਼ਾਂ ਆਈਆਂ ਨੇ ਫੈਮਿਲੀ ਨੂੰ ਇਸ ਟਾਈਮ ਹਰ ਉਹ ਚੀਜ਼ ਇੰਜੋਏ ਕਰ ਰਹੀ ਆ ਤੁਹਾਡੀ ਜ਼ਿੰਦਗੀ ਨੂੰ ਜਾਂ ਹਰ ਉਹ ਚੀਜ਼ ਤੁਸੀਂ ਦੇ ਪਾ ਰਹੇ ਹੋ ਜਿਹੜੀ ਚੀਜ਼ ਉਹਨਾਂ ਤੁਸੀਂ ਸੋਚੀ ਸੀਗੀ ਸੁਪਨਾ ਸੀਗਾ ਐਕਚੁਅਲੀ ਦੇ ਕੋਸ਼ਿਸ਼ ਤਾਂ ਹੈਗੀ ਆ ਜੀ ਕਿ ਦੇ ਪਾ ਰਹੇ ਹਾਂ ਬਟ ਕੀ ਹੈ ਕਿ ਟਾਈਮ ਦਾ ਹੀ ਹੁੰਦਾ ਇਸ਼ੂ ਹਾਂ ਕਿਉਂਕਿ ਮੰਮੀ ਮੇਰੇ ਜਿਵੇਂ ਹੁਣ ਬ੍ਰਦਰ ਮੇਰੇ ਆਸਟ੍ਰੇਲੀਆ ਰਹਿੰਦੇ ਹਾਂ ਮੰਮੀ 7-8 ਮਹੀਨੇ ਮੇਰੇ ਕੋਲ ਆ ਜਾਂਦੇ ਨੇ 7-8 ਮਹੀਨੇ ਉੱਧਰ ਚਲੇ ਜਾਂਦੇ ਨੇ ਟਰੈਵਲ 'ਤੇ ਅਸੀਂ ਘੁੰਮਾਉਂਦੇ ਰਹਿੰਦੇ ਹਾਂ ਉਹਨਾਂ ਨੂੰ ਅਤੇ ਬਹੁਤ ਜ਼ਿਆਦਾ ਸ਼ੁਰੂ ਤੋਂ ਮੰਮੀ ਮੇਰੇ ਫਿਲਮਾਂ ਦੇ ਸ਼ੌਕੀਨ ਹੈ ਨਹੀਂ ਸੀ ਮੈਨੂੰ ਲੱਗਦਾ ਕਿ ਉਹਨਾਂ ਨੇ ਜਿੰਨੀਆਂ ਫਿਲਮਾਂ ਦੇਖੀਆਂ ਨੇ ਮੇਜਰ ਮੇਰੀਆਂ ਫਿਲਮਾਂ ਨੇ ਘਰੇ ਟੀ ਵੀ ਜ਼ਰੂਰ ਦੇਖ ਲੈਂਦੇ ਸੀ ਹੁਣ ਜਦੋਂ ਕੋਈ ਜਿਹੜਾ ਸੀਰੀਅਲਾਂ 'ਚ ਆਉਂਦਾ ਸੀਗਾ ਉਹਨੂੰ ਮੰਮੀ ਮੇਰੀ ਝੱਟ ਪਛਾਣ ਲੈਂਦੀ ਆ ਇਹਨੇ ਫਲਾਣਾ ਕੀਤਾ ਇਹਨੇ ਟਿਕਾਣਾ ਕੀਤਾ ਹੈ ਨਾ ਬਿਗ ਬੌਸ ਦੇਖ ਲੈਂਦੇ ਆ ਆਹ ਚੀਜ਼ਾਂ ਦੇਖ ਲੈਂਦੇ ਆ ਹੈ ਨਾ ਸੀ ਆਈ ਡੀ ਬਹੁਤ ਦੇਖਦੇ ਆ ਸਾਰੀ ਦਿਹਾੜੀ ਬੈਠੇ ਦੇਖਦੇ ਰਹਿੰਦੇ ਆ ਹੈ ਨਾ ਹਾਂ ਉਹ ਦੇਖਦੇ ਰਹਿੰਦੇ ਉਹ ਛਿੰਦਾ ਜਾਂਦਾ ਹੁੰਦਾ ਹੈ ਨਾ ਦਾਦੀ ਸਾਰਾ ਦਿਨ ਕਿਉਂ ਦੇਖਦੇ ਰਹਿੰਦੀ ਆ ਖੂਨ ਹੋ ਗਿਆ ਹੈ ਨਾ ਉਹ ਕਹਿੰਦਾ ਇੱਦਾਂ ਹੈ ਸੋ ਮੰਮੀ ਬਹੁਤ ਉਹ ਚੀਜ਼ਾਂ ਦੇਖਦੇ ਆ ਅਤੇ ਬਟ ਉੱਦਾਂ ਬਹੁਤ ਖੁਸ਼ ਰਹਿੰਦੇ ਨੇ ਹੈ ਨਾ ਅਤੇ ਉਹਨਾਂ ਲਈ ਕੀ ਆ ਕਿ ਉਹਨਾਂ ਨੂੰ ਨਾ ਤਾਂ ਬੜਾ ਬਿਜ਼ਨਸ ਦਾ ਪਤਾ ਨਾ ਉਹਨਾਂ ਨੂੰ ਫਿਲਮਾਂ ਦਾ ਬਹੁਤ ਜ਼ਿਆਦਾ ਪਤਾ ਹੁੰਦਾ ਉਹ ਤਾਂ ਬਸ ਚਾਹੇ ਫਿਲਮ ਮੇਰੀ ਹਿੱਟ ਹੋਵੇ ਚਾਹੇ ਫਲੋਪ ਹੋਵੇ ਉਹਨਾਂ ਨੇ ਕਹਿਣਾ ਬੜੀ ਵਧੀਆ ਹੈ ਬਸ ਹੈ ਨਾ ਉਹਨਾਂ ਨੂੰ ਕਿਉਂਕਿ ਉਹ ਮੈਨੂੰ ਦੇਖਣ ਜਾਂਦੇ ਨੇ ਹੈ ਨਾ ਸੋ ਮੇਰੀ ਫੈਮਿਲੀ ਵਾਈਫ ਬੱਚੇ ਹੈ ਨਾ ਸਾਰੇ ਖੁਸ਼ ਨੇ ਬਟ ਹਾਂ ਇਹ ਜ਼ਰੂਰ ਮੈਨੂੰ ਹੁੰਦਾ ਵਾ ਕਿਉਂਕਿ ਮੈਂ ਟਾਈਮ ਦਾ ਬਹੁਤ ਇਸ਼ੂ ਰਹਿੰਦਾ ਕੰਮ ਦੇ ਵਿੱਚ ਇੰਨੇ ਵਜੇ ਹੁੰਦੇ ਆ ਮੈਂ ਕੋਸ਼ਿਸ਼ ਕਰਦਾ ਕਿ 2 ਦਿਨ ਵੀ ਮਿਲ ਜਾਂਦੇ ਆ ਮੈਂ ਕੋਸ਼ਿਸ਼ ਕਰਦਾ ਮੈਂ ਟੋਟਲ ਆਫ ਹੋਵੇ ਗ੍ਰੇਟ ਸੋ ਥੈਂਕ ਯੂ ਐਂਡ ਸਰਗੁਣ ਇਹੀ ਸੇਮ ਕੁਸ਼ਚਨ ਮੈਂ ਤੁਹਾਨੂੰ ਤੁਹਾਡੀ ਫੈਮਿਲੀ ਤੋਂ ਰਿਲੇਟਡ ਪੁੱਛਣਾ ਚਾਹੂੰਗਾ ਬਿਕੋਜ਼ ਬੀਇੰਗ ਅ ਪ੍ਰੋਡਿਊਸਰ ਆਉਣਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਐਕਟਰ ਵਾਸਤੇ ਸਪੈਸ਼ਲੀ ਬਿਕੋਜ਼ ਉਹਨੇ ਐਕਟ ਵੀ ਕਰਨਾ ਆ ਪੈਸੇ ਵੀ ਲਾਉਣੇ ਆ ਹੈ ਨਾ ਤਾਂ ਉਹ ਇੱਕ ਚੀਜ਼ ਐਕਸਪੈਕਟ ਕਰਦਾ ਕਿ ਜਿਹੜਾ ਸਾਡਾ ਪ੍ਰੋਡਕਟ ਹੈਗਾ ਉਹ ਮਾਰਕੀਟ 'ਚ ਇਸ ਲੈਵਲ ਦਾ ਆਵੇ ਬੇਸ਼ੱਕ ਚਲੋ ਕੋਈ ਅਵਾਰਡ ਆਵੇ ਜਾਂ ਨਾ ਆਵੇ ਬਟ ਐਟਲੀਸਟ ਲੋਕਾਂ ਨੇ ਦਿਲ 'ਚ ਜ਼ਰੂਰ ਛਾਪ ਛੱਡੇ ਜੱਟ ਨੂੰ ਚੁੜੇਲ ਤੱਕਰੀ ਸਾਲ ਦੀ ਪਹਿਲੀ ਪ੍ਰੋਡਿਊਸਰ ਯੂ ਨੋ ਐਜ਼ ਅ ਪ੍ਰੋਡਿਊਸਰ ਤੁਹਾਡੀ ਫਸਟ ਫਿਲਮ ਆ ਐਂਡ ਕੀ ਐਕਸਪੈਕਟੇਸ਼ਨਸ ਤੁਹਾਡੀ ਇਸ ਫਿਲਮ ਤੋਂ ਐਕਚੁਅਲ 'ਚ ਹੈਗੇ ਨੇ ਜੋ ਤੁਹਾਨੂੰ ਰਿਐਲਿਟੀ 'ਚ ਫੀਲ ਹੁੰਦੇ ਜੋ ਤੁਸੀਂ ਰਵੀ ਨਾਲ ਵੀ ਡਿਸਕਸ ਕਰਦੇ ਨਹੀਂ ਨਹੀਂ ਮੈਂ ਤੇ ਰਵੀ ਤਾਂ ਕਦੇ ਡਿਸਕਸ ਹੀ ਨਹੀਂ ਕਰਦੇ ਕੰਮ ਜਿਹੜੀ ਮੇਰੀ ਰਿਐਲਿਟੀ ਦੀ ਫੀਲਿੰਗ ਆ ਨਾ ਮੈਂ ਕਿਸੇ ਨੂੰ ਵੀ ਨਹੀਂ ਦੱਸੀ ਉਹ ਮੇਰੇ ਸਿਰਫ ਅੰਦਰ ਹੀ ਆ ਉਹ ਕਿਸੇ ਦੇ ਕੋਲ ਨਹੀਂ ਆ ਅਤੇ ਮੈਨੂੰ ਪਰਸਨਲੀ ਲੱਗਦਾ ਕਿ ਸਾਡੀ ਬਹੁਤ ਮਿਹਨਤ ਲੱਗੀ ਆ
ਜੈਨੂਇਨਲੀ ਮੈਂ ਰੋਜ਼ ਆਪਦੇ ਆਪ ਨੂੰ ਉਹੀ ਕਹਿੰਦੀ ਹਾਂ ਜਿਹੜੇ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਮੈਂ ਦਿਮਾਗ 'ਚੋਂ ਛੱਡ ਦੇਣਾ ਚਾਹੁੰਦੀ ਹਾਂ ਪ੍ਰੈਸ਼ਰ ਕਿ ਹੁਣ ਆਹ ਫਿਲਮ ਕੀ ਕਰੂਗੀ, ਕਿ ਮਤਲਬ ਲਿਟਰਲੀ ਆਪਾਂ ਆਪਣਾ 100% ਦੇ ਦਿੱਤਾ ਸ਼ੂਟ ਨੂੰ, ਆਪਾਂ ਆਪਣੇ ਤਰੀਕੇ, ਮਤਲਬ ਕੋਈ ਆਹ ਨਹੀਂ ਕਹਿ ਸਕਦਾ ਕਿ ਇਹਨਾਂ ਨੇ ਆਹ ਕਮੀ ਛੱਡੀ, ਆਪਾਂ ਕਮੀ ਨਹੀਂ ਛੱਡੀ, ਕੋਈ ਕਮੀ ਨਹੀਂ ਛੱਡੀ ਆਪਾਂ, ਭਾਵੇਂ ਉਹ ਫਿਲਮ ਬਣਾਉਣ 'ਚ ਹੋਵੇ, ਭਾਵੇਂ VFX 'ਚ ਹੋਵੇ, ਹੁਣ ਆਪਾਂ ਕੋਈ ਕਮੀ ਨਹੀਂ ਛੱਡਾਂਗੇ ਪ੍ਰਮੋਸ਼ਨ 'ਚ, ਜਿੰਨਾ ਸਾਡੇ ਵੱਸ 'ਚ ਉਨਾ ਆਪਾਂ ਕਰਾਂਗੇ, ਬੈਸਟ ਰਿਲੀਜ਼ ਦੇਵਾਂਗੇ ਫਿਲਮ ਨੂੰ, ਬਾਕੀ ਫਿਲਮ ਦੀ ਕਿਸਮਤ। ਗ੍ਰੇਟ, ਸੁਪਰਬ। ਐਂਡ ਰੂਪੀ, ਇਸ ਫਿਲਮ ਤੋਂ ਤੁਹਾਡੀ ਆਪਣੀ ਪਰਸਨਲ ਤੌਰ ਤੇ ਕੀ ਐਕਸਪੈਕਟੇਸ਼ਨਸ ਨੇ? ਉਹੀ ਜਿਵੇਂ ਮੈਂ ਸਰਗੁਣ ਨੂੰ ਪੁੱਛਿਆ, ਸੇਮ ਜੀ, ਅਸੀਂ 100% ਦਿੱਤਾ ਆ ਆਪਦਾ ਸਾਰੀ ਫਿਲਮ 'ਚ। ਮੇਰੇ ਪੇਰੈਂਟਸ ਨੂੰ ਤਾਂ ਮਤਲਬ ਫਿਲਮ ਤੋਂ ਜ਼ਿਆਦਾ ਇਹ ਆ ਕਿ ਮੈਂ ਗਿੱਪੀ ਸਰ ਨਾਲ ਕੰਮ ਕੀਤਾ, ਮੇਰੇ ਡੈਡੀ ਰੋਜ਼ ਕਹਿ ਦਿੰਦੇ ਗਿੱਪੀ ਨੂੰ ਦੱਸਿਆ ਆਪਣਾ ਪਿੰਡ ਨੇੜੇ ਨੇੜੇ ਹੀ ਮਤਲਬ ਉਹੀ ਉਹਨਾਂ ਨੂੰ ਉਹ ਚੀਜ਼ ਬਹੁਤ ਖੁਸ਼ੀ ਹੈ। ਬਟ ਬਾਕੀ ਫਿਲਮ ਦੇ ਅਸੀਂ ਸੱਚੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਸਾਰਿਆਂ ਨੇ, ਸਾਰੀ ਟੀਮ ਨੇ ਕੀਤੀ ਹੈ, ਬਾਕੀ ਐਕਟਰਸ ਨੇ ਵੀ ਕੀਤੀ ਹੈ, ਅਤੇ ਉਮੀਦ ਹੈ ਸਾਰਿਆਂ ਨੂੰ ਪਸੰਦ ਆਊਗੀ, ਐਂਡ ਮੈਂ ਐਕਚੁਲੀ ਸ਼ੋਰ ਹਾਂ ਕਿ ਪਸੰਦ ਆਊਗੀ ਸਾਰਿਆਂ ਨੂੰ। ਗ੍ਰੇਟ, ਸੁਪਰਬ। ਐਂਡ ਐਟ ਦ ਐਂਡ ਮੈਂ ਇਹੀ ਕਹਿਣਾ ਚਾਹੂੰਗਾ, ਬਿਕੋਜ਼ ਤੁਸੀਂ ਸਪੈਸ਼ਲੀ ਥੰਬ ਹੋ ਸਾਡੇ ਇੰਡਸਟਰੀ ਦਾ, ਐਂਡ ਸਾਨੂੰ ਹਰ ਵਾਰੀ ਬੜਾ ਮਾਣ ਹੁੰਦਾ ਹੈ ਕਿ ਤੁਸੀਂ ਜਦੋਂ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਹੋ, ਬੜਾ ਅੱਛਾ ਲੱਗਦਾ ਹੈ ਕਿ ਐਕਚੁਅਲੀ ਜਿਵੇਂ ਅਸੀਂ ਸਿਨੇਮਾ ਦੇਖਦੇ ਹਾਂ, ਸਾਡੇ ਪੰਜਾਬ ਦਾ ਸਿਨੇਮਾ ਅੱਛੇ ਲੈਵਲ 'ਤੇ ਗਰੋ ਕਰ ਰਿਹਾ ਆ, ਭਾਵੇਂ ਉਹ ਦਿਲਜੀਤ ਭਾਅ ਜੀ ਨੇ, ਤੁਸੀਂ ਹੋ, ਸਰਗੁਣ ਆ, ਸੋਨਮ ਆ, ਜਾਂ ਹੋਰ ਤੁਸੀਂ ਆਰਟਿਸਟ ਹੋਰ ਐਡ ਹੋ ਰਹੇ ਹੋ, ਸਾਨੂੰ ਇੱਦਾਂ ਲੱਗਦਾ ਕਿ ਜਿਹੜਾ ਆਉਣ ਵਾਲਾ ਸਮਾਂ ਹੋਏਗਾ 2027, 28, 34, 40 ਸਾਲ ਤੱਕ, ਜਦੋਂ ਯੂਨੋ 2040 ਹੋਗਾ, ਤਾਂ ਮੈਨੂੰ ਇੱਦਾਂ ਲੱਗੋ ਕਿ ਸਾਨੂੰ ਕਿਸੇ ਵੱਲ ਦੇਖਣ ਦੀ ਲੋੜ ਪੈਣੀ ਹੋ ਨਹੀਂ, ਲੋਕ ਸਾਡੇ ਵੱਲ ਦੇਖਿਆ ਕਰਨਗੇ ਅਤੇ ਸਿੱਖਿਆ ਕਰਨਗੇ। ਐਂਡ ਬਹੁਤ ਬਹੁਤ ਤੁਹਾਨੂੰ ਇਸ ਚੀਜ਼ ਦੀਆਂ ਵਧਾਈਆਂ, ਐਂਡ ਜਲਦੀ ਤੋਂ ਹੁਣ ਮਿਲਦੇ ਹਾਂ ਥੀਏਟਰ ਵਿੱਚ ਸਪੈਸ਼ਲੀ, ਦੈਨ ਉਸ ਤੋਂ ਬਾਅਦ ਅਗਲੀਆਂ ਫਿਲਮਾਂ 'ਚ। ਸੋ ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ।